ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਫ਼ਰ ਦਾ ਪੰਜਵਾਂ ਦਿਨ ਜਿਹੜਾ ਸ਼ੁਰੂ ਹੋ ਚੁੱਕਿਆ, ਸਵੇਰ ਦੇ 5 ਵੱਜ ਚੁੱਕੇ ਨੇ ਅਤੇ ਇਹ 5 ਵਜੇ ਦਾ ਜਿਹੜਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਇਹ ਆ ਕਾਰਗਿਲ ਸ਼ਹਿਰ ਦਾ। ਅਤੇ ਰਾਤ ਅਸੀਂ ਰੁਕੇ ਸੀ ਇੱਧਰ ਇਸ ਗਲੀ 'ਚ, ਗੁਰਦੁਆਰਾ ਸਾਹਿਬ ਆ ਆ ਜਿਹੜਾ ਤੁਸੀਂ ਸਾਹਮਣੇ ਸਕਰੀਨ 'ਤੇ ਦੇਖ ਰਹੇ ਹੋ। ਇਹ ਗੁਰਦੁਆਰਾ ਸਾਹਿਬ 'ਚ ਅਸੀਂ ਰਾਤ ਇੱਥੇ ਕੱਟੀ ਸੀ ਅਤੇ ਆਹ ਨਾਲ ਨਾਲ ਜਿਹੜੀ ਨਦੀ ਵਗ ਰਹੀ ਹੈ ਤੁਰਨ ਲੱਗੇ ਹਾਂ। 5:20 ਅਤੇ 5ਵਾਂ ਦਿਨ ਆਪਣਾ ਅੱਜ, ਅਤੇ ਆਹ ਸਾਹਮਣੇ ਦਰਾਸ ਰਿਵਰ ਵਗ ਰਿਹਾ, ਜਿਹੜਾ ਦਰਾਸ ਦਰਿਆ ਵਗਦਾ ਪਿਆ ਵਾ, ਜਿਹੜਾ ਕੱਲ੍ਹ ਤੋਂ ਹੀ ਆਪਣੇ ਨਾਲ ਪਿੱਛੋਂ ਆ ਰਿਹਾ ਵਾ ਦਰਾਸ ਦਰਿਆ। ਅਤੇ ਅੱਗੇ ਫਿਰ ਤੁਹਾਨੂੰ ਮਿਲਦੇ ਹਾਂ ਜਿੱਦਾਂ ਦਾ ਵੀ ਸਾਡਾ ਅਗਲਾ ਸਬੱਬ ਬਣੇਗਾ। ਅਤੇ ਇੱਥੋਂ ਅਸੀਂ ਕਾਰਗਿਲ ਤੋਂ ਚੱਲ ਪਏ ਹਾਂ ਅਤੇ ਕਾਰਗਿਲ ਸ਼ਹਿਰ ਦਾ ਨਜ਼ਾਰਾ ਵੀ ਵੱਖਰਾ, ਮਿੱਟੀ ਰੰਗੇ ਪਹਾੜ ਆ ਸਾਰੇ ਦੇ ਸਾਰੇ, ਅਤੇ ਮਿੱਟੀ ਰੰਗੇ ਪਹਾੜਾਂ 'ਤੇ ਹੀ ਸਭ ਕੁਛ ਬਣਿਆ ਹੋਇਆ। ਕਾਰਗਿਲ ਸ਼ਹਿਰ ਦਾ ਨਜ਼ਾਰਾ ਇਹ, ਉੱਚੀਆਂ ਉੱਚੀਆਂ ਬਿਲਡਿੰਗਾਂ ਵੀ ਇਹਨਾਂ ਨੇ ਬਣਾਈਆਂ ਪਹਾੜਾਂ ਦੇ ਉੱਪਰ, ਅਤੇ ਬੜਾ ਆਨੰਦਮਈ ਮਾਹੌਲ ਬਣ ਗਿਆ। ਲਓ ਬਈ, ਇੱਥੋਂ ਆਪਾਂ ਸ਼ਹਿਰ ਦੇ ਵਿੱਚੋਂ ਬਾਹਰ ਨਿਕਲ ਕੇ ਅਤੇ ਜਿਹੜਾ ਮੇਨ ਰੋਡ ਆ ਉਹਦੇ 'ਤੇ ਚੜ੍ਹ ਗਏ ਹਾਂ। ਆਹ ਚੌਂਕ ਬਣਿਆ ਅਤੇ ਆ ਗਿਆ ਜੀ ਮੇਨ ਰੋਡ। ਗੁਰੂ ਨਾਨਕ ਚਰਨ ਕਮਲ ਸਾਹਿਬ, ਲਓ ਜੀ ਗੁਰਦੁਆਰਾ ਚਰਨ ਕਮਲ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਇੱਥੇ ਕਹਿੰਦੇ ਬਣਿਆ ਹੋਇਆ। ਚੱਲਦੇ ਹਾਂ ਫਿਰ ਉੱਥੇ। ਗੁਰਦੁਆਰਾ ਸਾਹਿਬ ਆ ਗਿਆ ਜੀ ਸਾਹਮਣੇ, ਟੇਪਰ ਬਿਲਡਿੰਗ ਜਿਹੜੀ ਬਣੀ ਹੋਈ ਆ, ਨਿਸ਼ਾਨ ਸਾਹਿਬ ਲੱਗਿਆ ਹੋਇਆ ਅਤੇ ਇਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈਗਾ ਸ਼ਾਇਦ ਫੌਜੀਆਂ ਦੇ ਕੋਲ। ਆਪਾਂ ਬਾਈ ਨੂੰ ਪੁੱਛਦੇ ਹਾਂ, ਆਪਣਾ ਸਰਦਾਰ ਬਾਈ ਇੱਕ ਖੜਾ ਲੱਗਦਾ, ਇਹ ਨਹੀਂ ਪਤਾ ਸਰਦਾਰ। ਹਾਂਜੀ, ਇਹ ਗੁਰਦੁਆਰਾ ਚਰਨ ਕਮਲ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਯਾਦ ਦੇ ਵਿੱਚ ਬਣਿਆ ਹੋਇਆ। ਇਹ ਗੁਰਦੁਆਰੇ ਦਾ ਜਿਹੜਾ ਪ੍ਰਬੰਧ ਆ ਇਹ ਪ੍ਰਬੰਧ ਹੈਗਾ ਫੌਜ ਦੇ ਕੋਲ, ਅਤੇ ਜੇ ਇੱਥੇ ਰੁਕਣਾ ਹੋਵੇ ਜਾਂ ਕੁਛ ਕਰਨਾ ਹੋਵੇ ਉਹਦੀ ਪਰਮਿਸ਼ਨ ਫੌਜ ਤੋਂ ਲੈਣੀ ਪੈਂਦੀ ਆ। ਅਤੇ ਬਾਕੀ ਨਿਸ਼ਾਨ ਸਾਹਿਬ ਝੂਲ ਰਿਹਾ, ਉੱਚੇ ਉੱਚੇ ਪਹਾੜ ਨੇ ਪੱਥਰਾਂ ਦੇ, ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਆ। ਆਓ ਅੰਦਰ ਚੱਲਦੇ ਹਾਂ ਅਤੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ। ਗੁਰਦੁਆਰਾ ਚਰਨ ਕਮਲ ਸਾਹਿਬ ਪਾਤਸ਼ਾਹੀ ਪਹਿਲੀ ਕਾਰਗਿਲ। ਵਾਹਿਗੁਰੂ ਜੀ ਉੱਪਰ ਦਰਬਾਰ ਸਾਹਿਬ ਬਣਿਆ ਹੋਇਆ, ਦਰਬਾਰ ਸਾਹਿਬ ਦੇ ਅੰਦਰ ਆਪਾਂ ਜਾਂਦੇ ਪਏ ਹਾਂ। ਇਸ ਪਾਵਨ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਲੇਹ ਤੋਂ ਗੁਰਦੁਆਰਾ ਪੱਥਰ ਸਾਹਿਬ ਤੋਂ ਹੁੰਦੇ ਹੋਏ ਇੱਧਰ ਨੂੰ ਆਏ ਅਤੇ ਪਾਤਸ਼ਾਹ ਜੀ ਇੱਥੇ ਪਹੁੰਚੇ, ਉਸ ਸਮੇਂ 'ਤੇ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਨੇ ਫੌਜ ਦੇ ਵਿੱਚ, ਉਹਨਾਂ ਦੇ ਦੱਸਣ ਮੁਤਾਬਕ ਜਿੱਦਾਂ ਉਹਨਾਂ ਨੇ ਦੱਸਿਆ ਸਾਨੂੰ, ਕਹਿੰਦੇ ਉਸ ਸਮੇਂ ਇੱਥੇ ਕੋਈ ਵੀ ਨਹੀਂ ਰਹਿੰਦਾ ਸੀ, ਸਿਰਫ ਇੱਕ ਛੋਟੀ ਜਿਹੀ ਝੌਂਪੜੀ ਸੀ ਅਤੇ ਉਹਦੇ ਵਿੱਚ ਇੱਕ ਦੀਵਾ ਜਗਦਾ ਪਿਆ ਸੀ, ਚਾਨਣ ਸੀ। ਜਦੋਂ ਉਹ ਦੇਖਿਆ ਗੁਰੂ ਨਾਨਕ ਸਾਹਿਬ ਨੇ ਸੋਚਿਆ ਕਿ ਇੱਥੇ ਕੋਈ ਨਾ ਕੋਈ ਜ਼ਰੂਰ ਰਹਿ ਰਿਹਾ, ਇਹ ਖਾਲੀ ਜਗ੍ਹਾ ਸੀ ਸਾਰੀ। ਅਤੇ ਇਹ ਚੀਜ਼ ਦੇਖ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੁਛ ਸਮਾਂ ਰੁਕੇ। ਜਦੋਂ ਉਹ ਇਨਸਾਨ, ਉਹ ਭਲਾ ਪੁਰਸ਼ ਆਇਆ
ਤੇ ਉਹਨੇ ਗੁਰੂ ਨਾਨਕ ਸਾਹਿਬ ਬਾਰੇ ਪੁੱਛਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਬਾਰੇ ਜਾਣਿਆ ਤੇ ਉਹਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕਿਹਾ, ਸਤਿਗੁਰੂ ਮੈਂ ਬਹੁਤ ਪਰੇਸ਼ਾਨ ਹਾਂ ਕਿ ਇੱਥੇ ਮੈਂ ਇਕੱਲਾ ਰਹਿ ਰਿਹਾ, ਹੋਰ ਕੋਈ ਵੀ ਨਹੀਂ ਵੱਸਦਾ ਤੇ ਇਕੱਲੇ ਨੂੰ ਰਹਿਣਾ ਬੜਾ ਮੁਸ਼ਕਲ ਹੋ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ 3 ਦਿਨ ਇਸ ਅਸਥਾਨ 'ਤੇ ਰਹੇ, ਇਸ ਜਗ੍ਹਾ 'ਤੇ ਰਹਿ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੰਦਗੀ ਕੀਤੀ, ਉਹ ਗੁਰਸਿੱਖ ਪਿਆਰੇ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਫਿਰ ਇਸ ਜਗ੍ਹਾ 'ਤੇ ਇਹ ਨਗਰ ਵਸਾਇਆ। ਇਹ ਗੁਰਦੁਆਰਾ ਸਾਹਿਬ ਦਾ ਨਾਂ ਵੀ ਇਸੇ ਕਰਕੇ ਚਰਨ ਕਮਲ ਸਾਹਿਬ ਹੈ। ਫਿਰ ਇਹ ਲੱਦਾਖ ਇਲਾਕਾ ਵਸਿਆ। ਹੁਣ ਬਹੁਤ ਸਾਰੇ ਘਰ ਨੇ, ਅਸੀਂ ਪਹਿਲਾਂ ਵੀ ਸ਼ਹਿਰ ਵਿੱਚ ਦੀ ਲੰਘ ਕੇ ਆਏ ਹਾਂ, ਬਹੁਤ ਸਾਰੇ ਘਰ ਨੇ, ਬਹੁਤ ਸਾਰੀਆਂ ਬਿਲਡਿੰਗਾਂ ਨੇ ਦੂਜੇ ਪਾਸੇ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਇਹ ਲੱਦਾਖ ਕਾਰਗਿਲ ਸ਼ਹਿਰ ਜਿਹੜਾ ਇਹ ਵਸਿਆ ਹੋਇਆ। ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ 31 ਪੰਜਾਬ ਸਿੱਖ ਰੈਜੀਮੈਂਟ ਦੇ ਅੰਡਰ ਹੈ, ਜਿਹੜਾ ਇਹਦੀ ਸੇਵਾ ਸੰਭਾਲ ਸਾਰੇ ਫੌਜੀ ਵੀਰ ਹੀ ਕਰਦੇ ਨੇ। ਮੰਨ ਲਓ ਗੁਰਦੁਆਰਾ ਸਾਹਿਬ ਵੀ ਫੌਜੀਆਂ ਦੇ ਅੰਡਰ ਹੈ, ਉਹਨਾਂ ਦੇ ਪ੍ਰਬੰਧ ਹੇਠ ਹੈ। ਕਾਰਨ ਕੀ ਹੈ ਕਿ ਉਹਨਾਂ ਦੇ ਅਸੂਲ ਥੋੜ੍ਹੇ ਵੱਖਰੇ ਨੇ, ਹੈ ਨਾ। ਅਤੇ ਜਿਹੜਾ ਮੇਨ ਪ੍ਰਬੰਧ ਇੱਥੇ ਵੀ ਗ੍ਰੰਥੀ ਸਿੰਘ ਦੇ ਕਹਿਣ ਮੁਤਾਬਕ ਆ ਕਿ ਸਿੰਘਾਂ ਕੋਲ ਹੋਣਾ ਚਾਹੀਦਾ, ਜਾਂ ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਸੰਸਥਾ ਜਿਹੜਾ ਇਹਦੇ ਪ੍ਰਬੰਧ ਦਾ ਨਾਲ ਲੱਗ ਕੇ ਹੱਲ ਕਰੇ। ਇਹ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਵੀਰ ਜੀ, ਹੁਣੇ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਾਹਿਬਾਨ ਜਿਨ੍ਹਾਂ ਨੇ ਸਾਨੂੰ ਸਪੈਸ਼ਲ ਚਾਹ ਬਣਵਾ ਕੇ ਛਕਾਈ ਆ। ਭਾਈ ਸਾਹਿਬ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸਿੰਘ ਛਕਣ ਲੱਗੇ ਨੇ ਚਾਹ ਹੁਣ। ਹਾਂ ਬਈ, ਸੁਬਹਾ ਸੁਬਹਾ ਦਾ ਜਿਹੜਾ ਝਾਕਾ ਸੂਰਜ ਪਹਾੜਾਂ ਵਿੱਚ ਦੀ ਨਿਕਲ ਰਿਹਾ, ਕਮਾਲ ਦੀ ਗੱਲ ਆ। ਰਾਤ ਛੇਪਿਆ ਵੀ ਇੱਥੋਂ ਜੇ ਅਸੀਂ ਉੱਥੋਂ ਹੀ ਉੱਠ ਖੜਿਆ, ਦੂਜੇ ਪਾਸੇ ਗਿਆ ਨੀ, ਜਾਂ ਤਾਂ ਸਾਨੂੰ ਨੀ ਪਤਾ ਲੱਗਦਾ ਕਿਹੜਾ ਪੂਰਬ ਆ ਤੇ ਕਿਹੜਾ ਪੱਛਮ ਆ। ਤੇ ਬੜਾ ਹੀ ਇੱਥੇ ਮਨਮੋਹਕ ਦ੍ਰਿਸ਼ ਆ ਜਿਹੜਾ ਦੇਖਣ ਵਾਲਾ, ਸਵੇਰ ਸਵੇਰ ਦਾ ਬੜਾ ਘੈਂਟ ਦ੍ਰਿਸ਼ ਕਹਿ ਸਕਦੇ ਇਹਨੂੰ ਆਪਾਂ। ਰੋਡੇ ਪਹਾੜ ਆ ਜਿਨ੍ਹਾਂ 'ਤੇ ਸਿਰਫ ਦੇਖਣ ਨੂੰ ਲੱਗਦਾ ਮਿੱਟੀ ਆ, ਪਰ ਹੈ ਪੱਥਰ ਆ। ਆ ਬਈ ਵੇਖੋ ਨਜ਼ਾਰਾ ਕੁਦਰਤ ਦਾ, ਪਹਾੜ ਐਨ ਪੂਰੇ ਸਾਫ਼, ਅਤੇ ਉਹ ਸਾਹਮਣੇ ਜਿੱਥੇ ਧੁੱਪ ਪੈ ਰਹੀ ਆ ਉੱਥੋਂ ਚਮਕਦੇ ਨੇ। ਅਤੇ ਜਿਹੜਾ ਇਹ ਨਜ਼ਾਰਾ ਸਾਰਾ, ਇਹ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਦੇ ਹਾਂ ਕਿ ਦੇਖਿਆ ਹੀ ਜਾ ਸਕਦਾ, ਮਾਣਿਆ ਹੀ ਜਾ ਸਕਦਾ, ਇਹਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਹੱਦ 'ਚ। ਮਿੱਤਰ ਪਿਆਰਿਓ, ਵੱਜ ਗਿਆ 7 ਅਤੇ ਸਵੇਰ ਦਾ ਪ੍ਰਸ਼ਾਦਾ ਪਾਣੀ ਚੱਲਣ ਲੱਗਾ ਸਾਹਮਣੇ ਢਾਬੇ ਤੋਂ, ਕਿਉਂਕਿ ਗਾਂਹ ਦਾ ਕੋਈ ਭਰੋਸਾ ਨਹੀਂ ਕੀ ਮਾਹੌਲ ਆ। ਆ ਆ ਪਹਾੜਾ ਸੀਨ ਆ, ਅਤੇ ਆਹ ਨਜ਼ਾਰਾ ਜਿਹੜਾ ਵੱਜਿਆ ਪਿਆ ਇੱਥੇ ਸਾਹਮਣੇ, ਉਹ ਝਰਨਾ ਜਗ ਜਾਂਦਾ ਪਹਾੜਾਂ ਦੇ ਵਿੱਚੋਂ, ਉੱਤੋਂ ਦੀ ਪਾਣੀ ਪੁਣੀ ਆ ਰਿਹਾ ਵਾ ਝਰਨੇ ਵਿੱਚ ਦੀ, ਅਤੇ ਉਹ ਝਰਨਾ ਵਾ। ਅਤੇ ਇੱਥੋਂ ਹੁਣ ਪ੍ਰਸ਼ਾਦਾ ਪਾਣੀ ਛਕਦੇ ਹਾਂ, ਥੋੜ੍ਹਾ ਬਹੁਤਾ ਕੁਛ ਕਰਦੇ ਹਾਂ ਸੈੱਟ ਬੈੱਟ ਕੰਮ। ਹਾਂਜੀ ਪਿਆਰਿਓ, ਜੋਗਿੰਦਰ ਦੇ ਢਾਬੇ ਤੋਂ ਛਕ ਲਏ ਆਪਾਂ ਪਰੌਂਠੇ, ਅਤੇ ਪਰੌਂਠੇ ਛੱਕ ਕੇ ਐਨ ਸੈੱਟ ਬੈੱਟ ਹੋ ਕੇ, ਕੌਫੀ ਛੱਕ ਕੇ, ਅਤੇ ਆਪਾਂ ਹੁਣ ਅੱਗੇ ਨੂੰ ਚਾਲੇ ਪਾਉਣ ਲੱਗੇ ਹਾਂ ਲੇਹ ਵਾਲੇ ਪਾਸੇ ਨੂੰ। ਅਤੇ ਸਾਹਮਣੇ ਅਦਭੁਤ ਨਜ਼ਾਰਾ ਤੁਸੀਂ ਦੇਖ ਹੀ ਰਹੇ ਹੋ, ਅਤੇ ਸਫ਼ਰ ਸਾਡਾ ਬੜਾ ਹੀ ਘੈਂਟ ਆ, ਪੂਰਾ ਵਧੀਆ ਇੰਜੋਏ ਵਾਲਾ ਸਫ਼ਰ ਆ। ਬਸ ਹੁਣ ਅਸੀਂ ਸਫ਼ਰ ਕਰਦੇ ਜਾਣਾ ਅਤੇ ਲੇਹ ਜਾ ਕੇ ਤੁਹਾਨੂੰ ਮਿਲਾਂਗੇ, ਅਤੇ ਰਸਤੇ ਦੇ ਵਿੱਚ ਜਿਹੜੇ ਪਾਸ ਹੋਣਗੇ ਹਰ ਇੱਕ ਪਾਸ ਦੇ ਦਰਸ਼ਨ ਜ਼ਰੂਰ ਕਰਾਵਾਂਗੇ।
ਤਾਂ ਨੂੰ ਜਾ ਰਹੇ ਹਾਂ ਆਪਾਂ ਪਾਸ ਵੱਲ ਨੂੰ, ਨਮਕੀਲਾ ਟੋਪ, ਨਮਕੀਲਾ ਟੋਪ ਵਾਲੇ ਪਾਸੇ ਨੂੰ ਆਪਾਂ ਜਾਂਦੇ ਪਏ ਹਾਂ। ਅਤੇ ਆਹ ਦੇਖਣ ਨੂੰ ਤਾਂ ਰਾਜਸਥਾਨ ਦੇ ਟਿੱਬੇ ਹੀ ਲੱਗਦੇ ਆ ਕਿ ਜਿਵੇਂ ਰਾਜਸਥਾਨ ਦੇ ਟਿੱਬਿਆਂ 'ਚ ਆ ਗਏ, ਪਰ ਹੈ ਨਹੀਂ, ਇਹ ਹੈ ਲੱਦਾਖ ਦੀਆਂ ਪਹਾੜੀਆਂ, ਪਹਾੜੀਆਂ ਵੀ ਨਹੀਂ ਪਹਾੜ ਆ। ਦੇਖਣ ਦਾ ਜਿਹੜਾ ਨਜ਼ਰੀਆ ਉਹ ਹੈਗਾ ਟਿੱਬਿਆਂ ਵਾਲਾ ਹੀ, ਜਿਵੇਂ ਰਾਜਸਥਾਨ ਦੇ ਵਿੱਚ ਟਿੱਬੇ ਆ, ਪਰ ਹੈ ਉੱਚੇ ਉੱਚੇ ਪਹਾੜ ਆ, ਪੱਥਰ ਦੇ ਮਿੱਟੀ ਦੇ ਰਲੇ ਵੇ। ਆਪਾਂ ਹੈਗੇ ਹਾਂ ਬਈ ਲੇਹ ਤੋਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ 160-170 ਕਿਲੋਮੀਟਰ ਪਿੱਛੇ, 60-70 ਕਿਲੋਮੀਟਰ ਪਿੱਛੇ ਦਾ ਇਹ ਮਾਹੌਲ ਆ ਲੇਹ ਤੋਂ, ਅਤੇ ਕਾਰਗਿਲ ਅਤੇ ਲੇਹ ਦੇ ਵਿਚਾਲੇ ਦਾ ਮਾਹੌਲ ਆ। ਬੜਾ ਹੀ ਕਹਿ ਲਓ ਕਿ ਆਨੰਦਮਈ ਮਾਹੌਲ, ਪਰਮਾਤਮਾ ਦੀ ਸਾਜੀ ਹੋਈ ਕਾਇਨਾਤ, ਕੁਦਰਤ ਦਾ ਜਿਹੜਾ ਆਨੰਦ ਬੜਾ ਵੱਖਰਾ ਵਾ। ਕਿਤੇ ਉਹਨੇ ਮੈਦਾਨੀ ਇਲਾਕਾ, ਕਿਤੇ ਹਰੇ ਭਰੇ ਪਹਾੜ, ਅਤੇ ਕਿਤੇ ਆ ਬਿਲਕੁਲ ਰੋਡੇ ਪਹਾੜ ਜਿੱਥੇ ਕੋਈ ਦਰਖਤ ਨਹੀਂ, ਕੋਈ ਬੂਟੀ ਨਹੀਂ, ਕੋਈ ਕੁਛ ਨਹੀਂ, ਇੱਦਾਂ ਦਾ ਮਾਹੌਲ ਸਿਰਜਿਆ। ਇਹ ਸਭ ਪਰਮਾਤਮਾ ਦੀਆਂ ਬਖਸ਼ਿਸ਼ਾਂ, ਉਹਦੀਆਂ ਵਡਿਆਈਆਂ, ਉਹਦੇ ਕੌਤਕ ਅਤੇ ਉਹਦੀ ਅਸਚਰਜ ਖੇਡੀ ਆ। ਇਹ ਪਰਮਾਤਮਾ ਦੀਆਂ ਅਸਚਰਜ ਖੇਡਾਂ ਦਾ ਆਨੰਦ ਆ। ਇੱਥੇ ਵੀ ਲੋਕ ਵੱਸਦੇ ਨੇ, ਇੱਥੋਂ ਦੇ ਲੋਕ ਵੀ ਆ ਜਿਨ੍ਹਾਂ ਨੇ ਮੇਰੇ ਹਿਸਾਬ ਨਾਲ ਕਦੇ ਮੈਦਾਨੀ ਇਲਾਕਾ ਨਹੀਂ ਦੇਖਿਆ ਹੋਣਾ, ਜਿਹੜੇ ਇੱਥੇ ਜੰਮੇ ਪਲੇ ਨੇ, ਹੈ ਨਾ। ਕਈ ਸਾਨੂੰ ਇੱਥੇ ਮਿਲੇ ਨੇ ਜਿਹੜੇ ਉੱਦਾਂ ਦੇ ਨੇ, ਅਤੇ ਇਹ ਪਰਮਾਤਮਾ ਦਾ ਕਹਿ ਲਓ ਕਿ ਕਈ ਆਪਣੇ ਪੰਜਾਬ ਦੇ ਵਿੱਚ ਮੈਦਾਨੀ ਇਲਾਕਿਆਂ 'ਚ ਉਹ ਬੈਠੇ ਨੇ ਜਿਹੜੇ ਕਦੇ ਇੱਦਾਂ ਦੇ ਇਲਾਕਿਆਂ 'ਚ ਆਏ ਨਹੀਂ। ਇਹ ਸਾਰਾ ਕਹਿ ਲਓ ਕਿ ਇੱਦਾਂ ਦਾ ਮਾਹੌਲ ਹੈ, ਪਰਮਾਤਮਾ ਦੀ ਬਖਸ਼ਿਸ਼ ਹੈ, ਉਹਦੀ ਕਿਰਪਾ, ਉਹਦੀ ਕਾਇਨਾਤ, ਉਹਦੀ ਖੇਡ। ਸਾਹਮਣੇ ਵਾਲੇ ਪਹਾੜ ਦੇਖੋ, ਨਿਰਾ ਪੱਥਰ ਆ, ਨਿਰਾ ਪੱਥਰ, ਬਹੁਤ ਹੀ ਸੁੰਦਰਤਾ ਦਾ ਜਿਹੜਾ ਨਜ਼ਾਰਾ। ਪਹਾੜ ਦੇਖੋ, ਆਹ ਇੱਧਰ ਮੋਟਰਸਾਈਕਲਾਂ ਵਾਲੇ ਵੀਰ ਖੜੇ ਨੇ, ਦੋ ਮਿੰਟ ਦੇਖ ਲਈ ਅਦਭੁਤ ਨਜ਼ਾਰਾ। ਇੱਥੇ ਸਾਈਡ ਤੇ ਜਮਾ ਹੋਰ ਦਬਾ ਕੇ ਲਾ ਗੱਡੀ। ਇਹ ਆਪਾਂ ਨੂੰ ਵੀਰ ਮਿਲੇ ਨੇ ਰਸਤੇ ਦੇ ਵਿੱਚ ਬਾਈਕਾਂ ਤੇ। ਹਾਂਜੀ ਭਾਈ ਸਾਹਿਬ, ਕਹਾਂ ਸੇ ਆਏ ਹੋ? ਮੁੰਬਈ ਸੇ? ਬਾਈਕ ਪੀ? ਅੱਛਾ, ਬਾਈਕ ਰੈਂਟ ਪੇ ਲਈ ਹੈ, ਸ਼੍ਰੀਨਗਰ ਸੇ ਰੈਂਟ ਪੇ ਲੈ ਕੇ ਆਏ ਹੋ? ਓਕੇ ਓਕੇ। ਵਹਾਂ ਸੇ ਫਲਾਈਟ? ਮੁੰਬਈ ਸੇ ਸ਼੍ਰੀਨਗਰ ਕੀ ਫਲਾਈਟ ਲੈ ਕੇ ਤੇ ਔਰ? ਓਕੇ ਓਕੇ। ਕਿਤਨੇ ਦਿਨ ਹੋ ਗਏ ਆਪਕੋ? ਠੀਕ ਹੈ, ਓਕੇ ਓਕੇ, ਬਹੁਤ ਹੀ ਵਧੀਆ। ਪੰਜਾਬ, ਪੰਜਾਬ ਮੋਗਾ ਫਿਰੋਜ਼ਪੁਰ। ਹਾਂਜੀ ਹਾਂਜੀ, ਕਾਰ ਸੀ ਪੰਜ। ਬਿਲਕੁਲ, ਹਾਂਜੀ ਬਿਲਕੁਲ ਬਿਲਕੁਲ, ਆਓ ਜੀ ਆਓ। ਬਾਈ ਹੁਣੇ ਕਹਿੰਦੇ ਸਾਡੀ ਫੋਟੋ ਖਿੱਚੋ, ਆ ਜਾਓ ਸਾਰੇ ਜਾਣੇ ਆ ਜਾਓ, ਕੋਈ ਬਾਤ ਨਹੀਂ। ਮਿੱਤਰ ਪਿਆਰਿਓ, ਆ ਸਾਹਮਣੇ ਦੇਖਿਓ ਕਰਾਂ ਦੀ, ਜਿਹੜਾ ਆਹ ਵਾਲਾ ਨਜ਼ਾਰਾ ਨਾ ਪਹਾੜਾਂ ਦਾ, ਇਹ ਤੁਹਾਨੂੰ ਕਿਤੇ ਨਹੀਂ ਮਿਲ ਸਕਦਾ ਇੱਥੋਂ ਸਵਾਏ। ਇੱਧਰ ਦੇਖੋ, ਬੜੇ ਸਾਫ਼ ਢਲਦੇ ਹੋਏ ਪਹਾੜ, ਜਿਹੜੇ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਨਾ ਢਲਦੇ। ਇੱਧਰ ਬਾਈ ਜਿੰਦਾ ਬਾਈ ਪ੍ਰਦੀਪ ਫੋਟੋ ਸ਼ੂਟ ਕਰਦੇ ਪਏ ਆ, ਅਤੇ ਆਹ ਵਾਲਾ ਜਿਹੜਾ ਨਜ਼ਾਰਾ ਇੱਥੇ ਮਿਲ ਸਕਦਾ ਵਾ। ਬੜਾ ਹੀ ਖੂਬਸੂਰਤ ਆਨੰਦ, ਸਾਫ਼ ਮੌਸਮ, ਬਿਲਕੁਲ ਬੜਾ ਬੜਾ ਹੀ ਖੂਬਸੂਰਤ ਜਿਹੜਾ ਆਨੰਦ ਆਪਾਂ ਇੱਥੇ ਖੜ ਕੇ 5-7 ਮਿੰਟ ਮਾਣ ਰਹੇ ਹਾਂ।
ਹਾਂਜੀ ਇੱਥੋਂ ਰਹਿ ਗਿਆ ਲੇਹ 171 ਤੇ ਇੱਥੇ ਨਮਕੀਲਾ ਜਿਹੜਾ ਪਾਸ ਆ ਉਹ ਆ ਗਿਆ ਵਾ, ਉਹਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ। ਨਮਕੀਲਾ ਪਾਸ ਜਿਹੜੀ ਇਸ ਪਾਸੇ ਦੀ ਉਚਾਈ ਆ ਤੇ ਇਹ ਪਾਸ ਦਾ ਜਿਹੜਾ ਰਸਤਾ ਵਾ ਕੱਲ੍ਹ ਵਾਲੇ ਪਾਸ ਨਾਲੋਂ ਜੌਜਲਾ ਪਾਸ ਨਾਲੋਂ ਬੜਾ ਸਾਫ਼ ਆ। ਉਹ ਜੌਜਲਾ ਪਾਸ ਵਾਲਾ ਰਸਤਾ ਸੀ ਪੂਰਾ ਖਤਰਨਾਕ ਅਤੇ ਪੂਰਾ ਭੀੜਾ ਰਸਤਾ, ਇਹ ਪੂਰੀ ਘੈਂਟ ਸੜਕ ਬਣੀ ਆ। ਉਹ ਸਾਹਮਣੇ ਜਿਹੜਾ ਪਾਸ ਇਹ ਆ ਗਿਆ ਵਾ, ਲਓ ਜੀ ਨਮਕੀਲਾ ਪਾਸ ਆਪਾਂ ਪਹੁੰਚ ਗਏ ਆ ਤੇ ਆ ਜਿਹੜਾ ਪੂਰਾ ਟੌਪ ਆ ਪਾਸ ਦਾ ਅਲਟੀਟਿਊਡ 12,000 ਆ ਦੇਖੋ 12,198 ਫੁੱਟ ਦੀ ਜਿਹੜੀ ਇਹ ਪਾਸ ਦੀ ਉਚਾਈ ਆ। ਬਾਰਡਰ ਰੋਡਸ ਆਰਗਨਾਈਜੇਸ਼ਨ ਆਈ ਲਵ ਨਮਕੀਲਾ 55 RCC GREF ਜਿਹੜਾ ਇਹਦਾ ਪੱਖ ਆ ਮੇਨ, ਉਹ ਸਾਹਮਣੇ ਜਿਹੜਾ ਮੈਪ ਵੀ ਲੱਗਿਆ ਹੋਇਆ। ਲਓ ਆਪਾਂ ਇੱਥੇ ਖੜ ਕੇ ਇੱਕ ਫੋਟੋ ਖਿੱਚਦੇ ਆਰੇ ਵੱਲੋਂ ਨਮਕੀਲਾ ਪਾਸ ਦੇ ਜਿਹੜਾ ਗੱਡੀ 'ਚੋਂ ਬਾਹਰ ਆ ਕੇ ਤੁਹਾਨੂੰ ਆ ਦਿਖਾਇਆ। ਆਹ ਸ਼੍ਰੀਨਗਰ ਤੋਂ ਲੇਹ ਦਾ ਮੈਪ ਵੀ ਲੱਗਿਆ ਹੋਇਆ ਇੱਥੇ, ਅਤੇ ਜਿਹੜਾ ਆਹ ਆਪਣੀ ਗੱਡੀ ਨੇ 12,198 ਫੁੱਟ ਦੀ ਜਿਹੜੀ ਉਚਾਈ ਆ ਉਹ ਸਰ ਕਰ ਲਈ ਆ ਇਹ ਪਾਸ 'ਚ, ਅਤੇ ਬੜਾ ਹੀ ਆਨੰਦਮਈ ਠੰਡੀਆਂ ਹਵਾਵਾਂ ਚੱਲਦੀਆਂ ਵਾ ਇੱਥੇ। ਉਹ ਬੋਧੀਆਂ ਦਾ ਮੰਦਰ ਆ ਕੋਈ, ਕਿਉਂਕਿ ਉਹ ਮੰਦਰ 'ਤੇ ਉਹ ਝੰਡੇ ਵਗੈਰਾ ਬੋਧੀਆਂ ਦੇ ਲੱਗੇ ਹੁੰਦੇ ਆ। ਇਸ ਇਲਾਕੇ 'ਚ ਬੜੇ ਮੰਦਰ ਨੇ ਜਿਹੜੇ ਬੋਧੀਆਂ ਦੇ। ਇੱਦੂ ਗਾਂ ਚੜ੍ਹਾਈ ਖਤਮ ਆ, ਥੱਲੇ ਨੂੰ ਜਾਵਾਂਗੇ ਫਿਰ ਅਗਲਿਆਂ ਪਾਸਾਂ ਦੇ ਵਿੱਚ ਤਾਂ ਨੂੰ ਜਾਵਾਂਗੇ, ਅੱਗੇ ਹੋਰ ਉੱਚੇ ਪਹਾੜ ਆਉਣੇ ਆ। ਅੰਤ ਹੀ ਛਾਇਆ ਪਿਆ ਬਾਈ ਇੱਥੇ, ਅਸੀਂ 20-25 ਮਿੰਟ ਹੋ ਗਏ ਖੜਿਆ ਨੂੰ, ਬੜਾ ਹੀ ਨਜ਼ਾਰਾ। ਹਾਂਜੀ ਪਿਆਰਿਓ ਨਮਕੀਲਾ ਪਾਸ ਤੋਂ ਤੁਰ ਪਏ ਹਾਂ ਅਤੇ ਬੜਾ ਹੀ ਆਨੰਦ ਜਿਹੜਾ ਇੱਥੇ ਸੀ, ਬੜਾ ਹੀ ਆਨੰਦ ਕਹਿ ਲਓ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ। ਤੇ ਸਾਰੇ ਸਿੰਘ ਦੱਸਣਗੇ ਕੀ ਐਕਸਪੀਰੀਅੰਸ ਰਿਹਾ ਇੱਥੋਂ ਦਾ। ਹਾਂ ਵੀ ਗੁਰਸ਼ਰਨ ਸਿੰਘ ਜੀ ਬੋਲੋ ਜੀ। ਆਨੰਦ ਜੀ, ਆਨੰਦ ਆਨੰਦ ਤੋਂ ਉੱਪਰ ਕੁਛ ਨਹੀਂ, ਆਨੰਦ ਤੋਂ ਉੱਪਰ ਹੈ ਹੀ ਨਹੀਂ ਕੁਛ। ਚਲੋ ਜੀ ਬਾਈ ਜਿੰਦਾ ਜੀ। ਹਾਂਜੀ ਬਾਈ ਜੀ, ਦੂਸਰੀ ਵਾਰ ਆਏ ਆ ਇੱਥੇ ਤੇ ਬਹੁਤ ਵਧੀਆ ਲੱਗਿਆ ਹਨਾ। ਇੱਥੋਂ ਦੀ ਖੂਬਸੂਰਤੀ ਜਿਹੜੀ ਪਹਾੜਾਂ ਦੀ ਆ ਨਾ, ਉਹ ਬੰਦੇ ਨੂੰ ਰੁਕਣ ਲਈ ਇੱਥੇ ਖੜਨ ਲਈ ਮਜਬੂਰ ਕਰ ਦਿੰਦੀ ਆ। ਤੇ ਪਾਲਕਟ ਸਿੰਘ ਜੀ ਤੁਸੀਂ ਆਪ ਹੀ ਦੇਖਿਆ ਹਨਾ। ਬਿਲਕੁਲ ਜੀ, ਇਹ ਬਹੁਤ ਖੂਬਸੂਰਤ ਰਮਣੀਕ ਜਗ੍ਹਾ ਹੈ ਤੇ ਬੜਾ ਆਨੰਦ ਆਇਆ ਧਰਮ ਨਾਲ ਬਹੁਤ ਜ਼ਿਆਦਾ। ਹਾਂਜੀ ਬਾਈ ਪ੍ਰਦੀਪ ਸਿੰਘ ਜੀ, ਆਨੰਦ ਤਾਂ ਅਸੀਂ ਲਿਆ ਵਾ ਸਾਰਿਆਂ ਨੇ, ਪਰ ਆ ਦੋ ਬੰਦਿਆਂ ਨੇ ਜ਼ਿਆਦਾ ਆਨੰਦ ਲਿਆ ਮੇਰੇ ਹਿਸਾਬ ਨਾਲ। ਅੱਛਾ ਚਲੋ ਠੀਕ ਆ, ਕਿਹੜੇ ਨੇ? ਤੂੰ ਤੇ ਆ ਸ਼ਰਨੇ ਨੇ, ਉਹਦੇ ਵਿੱਚ ਵੱਡੀ ਗੱਲ ਕਾਰਵਾਈ ਪੈ ਗਈ ਸੀ ਡੱਬਿਆਂ ਦੇ ਵਿੱਚ ਜਿਹੜਾ ਜਾ ਕੇ ਆਨੰਦ ਲਿਆ। ਭਾਈ ਗੁਰਬੰਦ ਸਿੰਘ ਜੀ, ਤੁਸੀਂ ਕੁਛ ਕਾ ਕੇ ਐਕਸਪਲੇਨ ਕਰ ਸਕਦੇ? ਇਹਨਾਂ ਦਾ ਆਨੰਦ ਹਜੇ ਗਾਂ ਆਊਗਾ ਜੀ, ਇਹਨਾਂ ਨੂੰ ਕੋਈ ਆਨੰਦ ਨਹੀਂ ਹਜੇ। ਤੇ ਕਹਿੰਦੇ ਆ ਚੱਜ ਤੇਰੀ ਕੁਦਰਤ ਤੇਰੇ ਕਦਮ ਸਲਾਮ ਸਲਾਮ ਗਨੀ ਤੇਰੀ ਸਿਫਤ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ। ਸਾਹਮਣੇ ਪਿੰਡ ਆ ਜੀ ਜੰਗਲੇ ਤੋਂ ਪਰਲੇ ਪਾਸੇ, ਇਹ ਕੱਚੇ ਘਰ ਵੀ ਇੱਥੇ ਬਣੇ ਹੋਏ ਨੇ ਤੇ ਇਹਨਾਂ ਪਿੰਡਾਂ ਦੇ ਵਿੱਚ ਇਸ ਏਰੀਏ ਦੇ ਲੋਕ ਰਹਿੰਦੇ ਵੀ ਨੇ, ਰਿਹਾਇਸ਼ ਵੀ ਕਰਦੇ ਨੇ।
ਇਹ ਪਿੰਡ ਆ ਗਿਆ ਜੀ ਇਸ ਰਸਤੇ ਦੇ ਬਿਲਕੁਲ ਉੱਪਰ, ਖਾਂਗਰਾਲ ਪਿੰਡ ਦਾ ਨਾਮ ਆ। ਤੇ ਇੱਥੇ ਥੋੜੇ ਜਿਹੇ ਘਰ ਨੇ, ਕੁਛ ਕੁ ਦੁਕਾਨਾਂ ਨੇ, ਕੁਛ ਕੱਚੇ ਪੱਕੇ ਜਿੱਦਾਂ ਵੀ ਆ। ਆ ਕੁਛ ਬਿਲਡਿੰਗਾਂ ਬਣੀਆਂ, ਦੁਕਾਨਾਂ ਬਣੀਆਂ, ਮੇਰੇ ਹਿਸਾਬ ਨਾਲ ਰੁਕਣ ਵਾਸਤੇ ਥੋੜੇ ਬਹੁਤੇ ਰੂਮ ਵੀ ਬਣੇ ਵੇ ਆ ਇੱਥੇ। ਕਈ ਵਾਰੀ ਜੇ ਕਿਸੇ ਨੂੰ ਰਾਤ ਵਗੈਰਾ ਹੋ ਜਾਂਦੀ ਆ ਤੇ ਉਹ ਰਹਿ ਸਕਦਾ ਇੱਥੇ। ਇਹ ਜਿਹੜੇ ਪਿੰਡ ਨੇ ਨਾ, ਇਹ ਪਿੰਡ ਨੇ ਬੋਧੀਆਂ ਦੇ। ਇੱਥੇ ਸਿਰਫ ਤੇ ਸਿਰਫ ਬੋਧੀਆਂ ਦੇ ਮੰਦਰ ਬਣੇ ਹੋਏ। ਸਾਹਮਣੇ ਦੇਖੋ ਤੁਹਾਨੂੰ ਦਿਸ ਰਿਹਾ ਹੋਊਗਾ ਇੱਕ ਜਿਹੜਾ ਮੰਦਰ ਆ, ਇਹ ਬੋਧੀਆਂ ਦਾ ਮੰਦਰ ਆ। ਤੇ ਪਿੰਡ 'ਚ ਰਹਿੰਦੇ ਵੀ ਬਸ ਬੋਧੀ ਤੇ ਉੱਦਾਂ ਦੇ ਲੋਕ ਨੇ ਜਿਹੜੇ ਇਸ ਇਲਾਕੇ ਵਿੱਚ ਪੁਰਾਣੇ ਵਸੇ ਹੋਏ ਨੇ। ਇੱਥੋਂ ਦੇ ਲੋਕਾਂ ਦਾ ਜਿਹੜਾ ਰਹਿਣ ਸਹਿਣ, ਸ਼ਕਲ ਰੰਗ ਰੂਪ ਚੀਨੀਆਂ ਵਰਗਾ ਹੀ ਆ, ਬਿਲਕੁਲ ਤਿੱਬਤੀ ਜੇ ਉੱਦਾਂ ਦੇ ਲੋਕ ਨੇ ਜਿਹੜੇ ਲਾਲ ਕੱਪੜੇ ਵਾਲੇ। ਕੁਛ ਕੁ ਬੋਧੀ ਮਿਲਣਗੇ ਜਿਨ੍ਹਾਂ ਦੇ ਨਾਭੀ ਨਾਭੀ ਕੱਪੜੇ ਪਾਏ ਹੁੰਦੇ ਆ। ਤੇ ਮੰਦਰ ਇਹਨਾਂ ਦੇ ਕਾਫੀ ਨੇ ਇੱਧਰਲੇ ਇਲਾਕੇ ਦੇ ਵਿੱਚ। ਦਿਸ ਇਜ਼ ਏ ਪੋਲ, ਪੋਲ ਇਜ਼ ਏ ਬਿਗ, ਦੇਰ ਇਜ਼ ਬਿਗ ਟੂ ਆਇਨ ਦਾ ਸੜਕ। ਸੱਜੇ ਹੱਥ ਬਾਬਾ ਜੀ ਵੇਖ ਲਓ ਕੁਦਰਤੀ ਕਲਾਕਾਰੀ। ਹਾਂਜੀ ਵੇਖ, ਆ ਗਈ ਵਲੌਗ 'ਚ ਵੀ ਆ ਗਈ। ਪੋਚਾ ਵੇਖਿਆ ਤੂੰ ਆਪਦੀ? ਪੋਚਾ ਪੋਚਾ ਵੇਖਿਆ? ਪੋਚਾ ਸ਼ਬਦ ਸੁਣਿਆ ਨਾ? ਪੋਚਾ ਬੁੜੀਆਂ ਅੱਗੇ ਚੁੱਲ੍ਹਿਆਂ ਨੂੰ ਤੰਦੂਰਾਂ ਨੂੰ ਫੇਰਦੀਆਂ ਦੀ ਪੋਚਾ, ਹਨਾ? ਤੂੰ ਵੇਖਿਆ ਪੋਚਾ ਤੂੰ? ਹਾਂ, ਉਹਦੇ ਪਹਾੜ ਆਉਣੇ ਅੱਗੇ। ਠੀਕ ਹੈ ਜੀ। ਉਹ ਸਾਹਮਣੇ ਜਿਹੜਾ ਪਹਾੜ ਆ, ਉਹ ਪਹਾੜ ਤੇ ਫਤੂਲਾ ਪਾਸ ਆ, ਉਹ ਪਰਲੇ ਪਹਾੜ ਤੇ ਫਤੂਲਾ ਪਾਸ ਆ। ਤੇ ਉਹ ਆਪਾਂ ਜਮਾਂ ਸਿਖਰ ਤੇ ਚੜ੍ਹਨਾ, ਉਹ ਤੇ ਟਰੱਕ ਧਰਿਆ ਜਾਂਦਾ, ਮੇਰੀ ਅੱਖ ਤਾਂ ਦੇਖਦੀ ਹੈ, ਕੈਮਰੇ ਦਾ ਕੋਈ ਭਰੋਸਾ ਨਹੀਂ। ਫਤੂਲੇ ਪਾਸ ਦੀ ਚੜ੍ਹਾਈ ਚੜ੍ਹਨ ਲੱਗ ਪਏ ਆ। ਇੱਥੋਂ ਰਹਿ ਗਿਆ 5 ਕਿਲੋਮੀਟਰ ਫਤੂਲਾ, ਕੁਝ ਨਾਮ ਤਾਂ ਲੈਨੇ ਆ, ਕੈਂਚੀ ਚੱਲ ਪਈ ਆ ਪਹਾੜਾਂ ਵਾਲੀ। ਇੱਥੇ ਕੋਸ਼ਿਸ਼ ਤਾਂ ਕੀਤੀ ਲੱਭਣ ਲਈ ਲੱਖਾਂ ਨੇ, ਪਰ ਜਿਨ੍ਹਾਂ ਨੂੰ ਤੂੰ ਦਿਸਦੈ ਉਹ ਕੋਈ ਹੋਰ ਅੱਖਾਂ ਨੇ, ਹੋਰ ਅੱਖਾਂ ਨੇ। ਕਾਲੇ ਰੰਗ ਦਾ ਪਹਾੜ ਆ ਗਿਆ ਮਿੱਤਰੋ ਅੱਗੇ, ਛਾਂ ਆ ਬਾਬਾ ਕਾਲੇ ਰੰਗ ਦਾ, ਭਾਵੇਂ ਪੈਂਦੀ ਛਾਂ ਦੇਖਣ ਨੂੰ ਤਾਂ ਕਾਲੇ ਰੰਗ ਦਾ ਲੱਗਦਾ ਨਾ। ਤੇ ਜਿਹੜੇ ਪਹਾੜ ਆਪਾਂ ਪਹਿਲਾਂ ਲੰਘ ਕੇ ਆਏ ਆ ਉਹ ਤਾਂ ਰਹਿ ਗਏ ਬਹੁਤ ਥੱਲੇ, ਬਹੁਤ ਉੱਪਰ ਆ ਗਏ ਆਪਾਂ, ਉਹ ਪਹਾੜ ਬਹੁਤ ਥੱਲੇ ਰਹਿ ਗਏ ਆ। ਇਹ ਪਹਾੜ ਹੈ ਇਸੇ ਰੰਗ ਦੇ, ਪਰ ਇਹਨਾਂ ਤੇ ਧੁੱਪ ਨੀ ਪੈ ਰਹੀ ਜਿਵੇਂ ਛਾਂ ਪੈ ਰਹੀ ਆ ਕਿਸੇ ਤੇ। ਹਾਂਜੀ ਪਹੁੰਚ ਚੁੱਕੇ ਆ ਫਤੂਲਾ ਟੋਪ ਤੇ। ਤੇ ਇਹ ਟੋਪ ਤੇ ਫੌਜੀਆਂ ਦਾ ਜਿਹੜਾ ਬੇਸ ਕੈਂਪ ਵੀ ਲੱਗਿਆ, ਇੱਥੇ ਰੁਕ ਜਾਈਏ ਆਪਾਂ ਨਾ। 13478 ਫੁੱਟ ਉਚਾਈ, ਇਹਦੀ ਉਚਾਈ ਆ 13478 ਫੁੱਟ, ਪਿਛਲੀ ਉਚਾਈ 12000 ਦੇ ਕਰੀਬ ਸੀ। ਤੇ ਜਿਹੜੇ ਸਾਹਮਣੇ ਇਦੂਗਾ ਬਰਫ਼ ਨਾਲ ਢਕੇ ਲੱਦੇ ਪਹਾੜ ਬੱਦਲਾਂ ਦੇ ਵਿੱਚ ਦਿਸੀ ਜਾਂਦੇ ਆ, ਆਓ ਆਪਾਂ ਉਤਰ ਕੇ ਫਿਰ ਵੇਖਦੇ ਆ ਬਾਹਰਲਾ ਮਾਹੌਲ। ਮਿੱਤਰ ਪਿਆਰਿਓ, ਇਹ ਫਤੂਲਾ ਟੋਪ ਦਾ ਜਿਹੜਾ ਨਜ਼ਾਰਾ ਵਾ, ਹਵਾ ਇੰਨੀ ਕੁ ਤੇਜ਼ ਚੱਲਦੀ ਪਈ ਆ ਇੱਥੇ, ਸਰੀਰ ਨੂੰ ਵੀ ਬੰਦੇ ਦੇ ਨੂੰ ਧੱਕਾ ਵੱਜਦਾ। ਤੇ ਆਹ ਬੋਧੀਆਂ ਦੇ ਜਿਹੜੇ ਝੰਡੇ ਨੇ ਇਹ ਲਾਏ ਆ ਉੱਪਰ, ਟਾਵਰ ਵਗੈਰਾ ਵਾ,
ਫੌਜੀਆਂ ਦੇ ਕੈਂਪ ਜਿਹੜੇ ਲੱਗੇ ਹੋਏ ਨੇ। ਆ ਗਿਆ ਜੀ ਫਟੂਲਾ ਟੋਪ, ਜਿਹੜੀ ਇਹਦੀ ਉਚਾਈ ਆ 13479 ਫੁੱਟ, ਹਾਈਐਸਟ ਪੁਆਇੰਟ ਔਨ ਸ਼੍ਰੀਨਗਰ ਲੇਹ ਰੋਡ ਜੀ। ਜਿਹੜੇ ਜਿਹੜੇ ਵਲੌਗਰ ਯੂਟਿਊਬਰ ਇੱਥੇ ਆਉਂਦੇ ਆ ਨਾ, ਉਹਨਾਂ ਆਪਣੇ ਆਪਣੇ ਸਟਿੱਕਰ ਲਾਏ ਵੇ ਆ। ਜਦੋਂ ਜਦੋਂ ਇਸ ਉਚਾਈ 'ਤੇ ਪਹੁੰਚਦੇ ਆ ਉਹ ਆਪਣੇ ਸਟਿੱਕਰ ਲਾ ਜਾਂਦੇ ਨੇ, ਅਤੇ ਇੱਥੇ ਮੈਨੂੰ ਦਿਸਿਆ ਨਹੀਂ ਆਪਣੇ ਪੰਜਾਬ ਵਾਲਿਆਂ ਦਾ ਕੋਈ ਸਟਿੱਕਰ। ਆਪਣਾ ਜਹਾਜ਼, ਜਿਹੜੇ ਜਹਾਜ਼ 'ਤੇ ਬਹਿ ਕੇ ਆਪਾਂ ਇੱਥੋਂ ਤੱਕ ਪਹੁੰਚੇ ਹਾਂ, ਇਹਨੇ ਸਾਡਾ ਬਹੁਤ ਸਾਥ ਦਿੱਤਾ। ਗੱਡੀ ਨੇ ਫਟੂਲਾ ਟੋਪ 'ਤੇ ਪਹੁੰਚਣ 'ਤੇ ਹਜੇ ਇਹਨੇ ਗਾਂ ਲੇਕ ਅਤੇ ਹੋਰ ਗਾਂ ਲੇਹ ਹੋਰ ਗਾਂ ਵੱਡੀਆਂ ਵੱਡੀਆਂ ਲੇਕਾਂ 'ਤੇ ਉਚਾਈਆਂ 19,000 ਫੁੱਟ ਦੇ ਟੋਪ 'ਤੇ ਵੀ ਪਹੁੰਚਣਾ ਵਾ। ਆਪਣੇ ਪੰਜਾਬ ਦੇ ਵਿੱਚ ਇੱਕ ਕਹਾਵਤ ਕਹਿੰਦੇ ਹੁੰਦੇ ਆ ਨਾ ਵੀ ਜੇ ਤਾਂ ਸੜਕ 'ਤੇ ਨਹੀਂ ਕਹਿੰਦੇ ਸੱਪ ਤੋਂ ਤੁਰਿਆ ਜਾਂਦਾ, ਅਤੇ ਵਾਹਣਾਂ 'ਤੇ ਹੋਵੇ ਤਾਂ ਧੁੱਦਲ ਠਾਲ ਦਿੰਦਾ। ਅੱਜ ਮੈਂ ਉਹੀ ਮਾਹੌਲ ਆ ਵੀ ਪਹਾੜ ਆ ਐਨ ਬਿਲਕੁਲ ਮਿੱਟੀ ਰੰਗੇ, ਅਤੇ ਜਿਹੜੀਆਂ ਸੜਕਾਂ ਉਹ ਐਂ ਲੱਗਦੀਆਂ ਜਮਾਂ ਜਿਵੇਂ ਨਾਗ ਮਹਿਲ ਦਾ ਹੁੰਦਾ ਵਾਹਣਾਂ ਦੇ ਵਿੱਚ। ਬੜੀ ਸੋਹਣੀ ਗੱਲਬਾਤ ਆ ਇੱਥੋਂ ਦੀ ਵੀ। ਕਹਿੰਦੇ ਹੁੰਦੇ ਕਈ ਵਾਰੀ ਜੇ ਚੁੱਪ ਰਹੀਏ ਤਾਂ ਚੰਗਾ ਏ, ਕੁਝ ਗੱਲਾਂ ਜੇ ਨਾ ਕਹੀਏ ਤਾਂ ਚੰਗਾ ਏ, ਜੋ ਕੰਮ ਅੱਖੀਆਂ ਦਾ ਹੈ ਉਹੀ ਕਰਨਗੀਆਂ, ਉਹਨਾਂ ਨੂੰ ਹੀ ਕਹਿਣ ਦਈਏ ਤਾਂ ਚੰਗਾ ਏ। ਤਾਂ ਜਿਹੜਾ ਨਜ਼ਾਰਾ ਅੱਖਾਂ ਨੇ ਦੇਖਣਾ ਉਹ ਇਹਨਾਂ ਨੇ ਵੇਖਣਾ। ਮਹਾਰਾਜ ਦੀ ਬਾਣੀ ਦਾ ਪਾਵਨ ਬੱਚੇ ਦਾ ਮਹਾਰਾਜ ਕਹਿੰਦੇ ਆ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਜਿਹੜੇ ਦੁਨੀਆਂ ਦੇ ਵਿੱਚ ਬੰਦਗੀ ਵਾਲੇ ਪੁਰਸ਼ ਹੁੰਦੇ ਆ ਉਹਨਾਂ ਦੇ ਅੰਦਰ ਦੀ ਅਵਸਥਾ ਨੂੰ ਉਹ ਬਿਆਨ ਨਹੀਂ ਕਰ ਸਕਦੇ ਹੁੰਦੇ, ਅਤੇ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਹੜੀ ਕਾਦਰ ਦੀ ਕੁਦਰਤ ਆ ਇਹਨੂੰ ਮਹਾਰਾਜ ਕਹਿੰਦੇ ਆ ਨਾ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ, ਦੁਹੀ ਕੁਦਰਤ ਸਾਜਿਓ ਕਰ ਆਸਨ ਡਿੱਠੋ ਚਾਓ। ਜਿਹੜੀ ਕੁਦਰਤ ਮਹਾਰਾਜ ਨੇ ਸਾਜੀ ਆ ਉਹ ਕੁਦਰਤ ਦੇ ਵਰਗੀ ਚੀਜ਼ ਕੋਈ ਨਹੀਂ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ। ਵਾਹਿਗੁਰੂ। ਅਗਲਿਆਂ ਰਾਹਾਂ ਵੱਲ ਵੱਧਦੇ ਹਾਂ ਜੀ ਆਪਾਂ। ਆਹ ਜਿਹੜੀ ਲੋਕੇਸ਼ਨ ਆ ਗਈ ਆ ਨਾ, ਇਹ ਲੋਕੇਸ਼ਨ ਆ ਗਈ ਆ ਪੋਚੇ ਦਾ ਪਹਾੜ, ਜਿਹੜਾ ਆਮ ਤੌਰ 'ਤੇ ਪੰਜਾਬੀ ਦੇ ਪੁਰਾਣੇ ਮਾਵਾਂ ਬਜ਼ੁਰਗ ਮਾਵਾਂ ਆਪਣੀਆਂ ਘਰਾਂ 'ਚ ਮਿੱਟੀ ਦਾ ਪੋਚਾ ਲਾਉਂਦੀਆਂ ਹੁੰਦੀਆਂ ਸੀ, ਉਸ ਤਰ੍ਹਾਂ ਦਾ ਜਿਹੜਾ ਇਹ ਪਹਾੜ 'ਤੇ ਪਿੰਡ ਆ ਗਿਆ। ਕੱਚਾ ਜਿਹਾ ਦੇਖਣ ਤੋਂ ਕੱਚਾ ਲੱਗਦਾ ਪਰ ਹੈ ਪੱਕਾ ਹੀ ਆ ਕੰਮ, ਮਤਲਬ ਕਿ ਆਹ ਇੱਥੋਂ ਸ਼ੁਰੂ ਹੋ ਜਾਂਦਾ ਪਿੰਡ ਅੱਗੇ, ਅਤੇ ਬੜੇ ਧਿਆਨ ਨਾਲ ਇਹ ਪਿੰਡ ਦਾ ਜਿਹੜਾ ਆਨੰਦ ਮਾਣਿਓ। ਉਹ ਉੱਪਰ ਪਹਾੜ ਦੇਖਿਓ, ਉਹ ਜਿੱਦਾਂ ਪੋਚਾ ਹੁੰਦਾ ਨਾ ਪੋਚੇ ਦੀ ਤਰ੍ਹਾਂ ਹੈ ਸਾਰਾ ਸੀ। ਬਾਈ ਜਿੰਦਾ ਜੀ ਦੱਸਿਓ ਕਿੱਦਾਂ ਵਾ? ਹੌਲੀ ਚੱਲੋ ਹੌਲੀ ਆ, ਕੁਦਰਤੀ ਤੌਰ 'ਤੇ ਬਣੇ ਹੈਗੇ ਆ ਦੇਖੋ ਪਿਲਾਮਿੰਟ ਜੀ ਇਹ ਜਿਹੜੇ। ਹਾਂਜੀ, ਰੇਸ਼ਮ ਦਾ ਕੀੜਾ ਹੁੰਦਾ ਜਿਵੇਂ ਉੱਦਾਂ ਦੇ ਲੱਗਦੇ ਦੇਖਣ ਨੂੰ, ਬਹੁਤ ਸੋਹਣੀ ਖੂਬਸੂਰਤੀ ਆ ਇਹ ਪਿੰਡ ਆ। ਇਹ ਪਿੰਡ ਬਾਰੇ ਤੁਹਾਨੂੰ ਮੈਂ ਬਾਅਦ 'ਚ ਜ਼ਿਕਰ ਕਰਾਂਗੇ ਵੀਡੀਓ ਦੇ ਵਿੱਚ, ਪਰ ਆਹ ਸਾਹਮਣੇ ਪਿੰਡ ਆ ਤੁਸੀਂ ਦੇਖੋ ਬਹੁਤ ਖੂਬਸੂਰਤ ਪਿੰਡ ਆ ਗਿਆ, ਆਹ ਨਜ਼ਾਰਾ ਤੱਕਣ ਯੋਗ ਆ। ਬਹੁਤ ਹੀ ਪਿੰਡ ਦਾ ਨਾਂ ਲਾਮਾ ਯੋਰੂ ਪਿੰਡ ਦਾ ਨਾਮ ਆ ਜੀ। ਵਾਹ ਜੀ ਵਾਹ।
ਸਫਾਈ ਕਰਾ ਲਾਂਗੇ ਬਾਅਦ ਚ। ਆ ਦੇਖੋ ਜੀ ਪਿੰਡ, ਪੂਰਾ ਪਿੰਡ ਵੇਖਦਾ ਇਥੋਂ। ਕੀ ਹੋਇਆ ਤੈਨੂੰ ਬਣਾ ਬਾਈ ਜਿੰਦੇ, ਆ ਜਾਓ ਇੱਧਰ। ਆ ਦੇਖੋ ਬਈ ਪਿੰਡ ਦਾ ਖੂਬਸੂਰਤ ਆਨੰਦ। ਇਹਦੇ ਵਿੱਚ ਖੇਤੀ ਕਰਨੀ ਸ਼ੁਰੂ ਕਰਤੀ ਇਹਨਾਂ ਨੇ ਧੱਕੇ ਨਾਲ, ਲੱਗਦਾ ਮੈਨੂੰ ਸਰੋਂ ਬੀਜੀ ਫਿਰਦੇ ਆ। ਬਣਾਉਣੀਆਂ ਸੌਖੀਆਂ ਤੇ ਪੱਟੀ ਜਾਣ। ਆ ਲਓ ਆ ਬੋਰਡ ਆ ਗਿਆ ਜੀ, ਆਲਸੀ ਆਲਚੀ ਸਤਪੁਰ ਲੇ 120 ਰਹਿ ਗਏ ਇਥੋਂ, ਮਨਾਲੀ 600 ਆ, 600 ਕਿਲੋਮੀਟਰ ਮਨਾਲੀ, 600 ਕਿਲੋਮੀਟਰ ਮਨਾਲੀ ਆ ਤੇ ਲੇ 120 ਆ ਇਥੋਂ। ਕੁਦਰਤ ਬੇਅੰਤ ਹੈ ਤੇ ਬੇਅੰਤੀ ਉਹਦਾ ਜਿਹੜਾ ਹੈਗਾ ਨਜ਼ਾਰਾ ਵਾ, ਤੁਸੀਂ ਹੁਣ ਦੇਖੋਗੇ ਕੁਦਰਤ ਨੇ ਜਿਵੇਂ ਭਿੰਨ ਭਿੰਨ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਹੈਗੀਆਂ। ਹੁਣ ਮਨੁੱਖ ਦਾ ਵੀ ਇੱਕ ਦਾ ਦੂਜੇ ਨਾਲ ਚਿਹਰਾ ਨਹੀਂ ਰਲਦਾ, ਇਸੇ ਹੀ ਤਰ੍ਹਾਂ ਕੁਦਰਤ ਨੇ ਜਿਹੜੇ ਪਹਾੜ ਬਣਾਏ ਆ ਜਾਂ ਦਰਖਤ ਬਣਾਏ ਜਾਂ ਪੰਛੀ ਬਣਾਏ, ਉਹਨਾਂ ਦਾ ਵੀ ਇੱਕ ਦੂਜੇ ਨਾਲ ਨਹੀਂ ਚਿਹਰਾ ਰਲਦਾ। ਆਹ ਹੁਣ ਦੇਖੋ ਤੁਸੀਂ, ਆਹ ਤਾਂ ਵਾਕਈ ਪੋਚਾ ਹੀ ਆ ਨਾ। ਪਾਂਡੋ ਪਾਂਡੋ ਨਿਕਲਦੀ ਹੁੰਦੀ, ਇਹ ਪਾਂਡੋ ਵਾਲੇ ਪਹਾੜ ਆ ਜਿੱਥੇ ਆਪਣੇ ਬੋਰ ਕਰਦੇ ਥੱਲੇ ਪਾਂਡੋ ਨੀ ਨਿਕਲਦੀ, ਓਦਾਂ ਦੀ ਮਿੱਟੀ ਆ ਪਾਂਡੋ ਜੀ, ਉਹਦੇ ਪਹਾੜ ਆ ਇਹ। ਜਿੱਦਾਂ ਪੋਚਾ ਹੁੰਦਾ, ਮਾਈਆਂ ਪੋਚਾ ਫੇਰਦੀਆਂ ਹੁੰਦੀਆਂ ਚੁੱਲ੍ਹਿਆਂ ਦੇ ਉੱਪਰ ਸਫਾਈ ਵਾਸਤੇ, ਜਾਂ ਪੁਰਾਣੇ ਕੱਚੇ ਘਰਾਂ ਦੇ ਉੱਤੇ ਪੋਚਾ ਫੇਰਿਆ ਜਾਂਦਾ ਸੀ ਕਿ ਮਿੱਟੀ ਨਾ ਲਵੇ, ਇਹ ਉਹ ਵਾਲੇ ਪਹਾੜ ਆ ਗਏ ਆ। ਬੇਸ਼ੁਮਾਰ ਇੰਨਾ ਸੋਹਣਾ, ਵੇਖੋ ਬਈ ਵੇਖੋ ਨਜ਼ਾਰਾ। ਚੱਲ ਖੜ ਕੇ ਬਣਾਉਣੇ ਫਿਰ ਆ ਜਾ, 3x ਕਰਦਾ ਬਣਾ ਲਿਆ ਵਰਦਾ। ਉਹ ਕਹਿੰਦੇ ਫੀਲ ਦੀ ਕਰਵਸ ਡੋਂਟ ਫੀਲ ਕਰੋ ਬਈ, ਫੀਲ ਆ ਚੀਜ਼ ਨੂੰ ਸਿਰਫ ਮਹਿਸੂਸ। ਬਾਬਾ ਲਾਲ ਪਹਾੜ ਆ ਗਿਆ ਇੱਧਰ, ਲਾਲ ਇੱਧਰ ਬਿਲਕੁਲ ਪਾਂਡੋ ਵਾਲਾ ਪਹਾੜ, ਕਿਆ ਹੀ ਬਾਤਾਂ ਯਾਰ, ਵਾਹ ਬਈ ਵਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਕਾਪੀਰਾਈਟ ਸਾਡੇ। ਹਾਂਜੀ ਪਿਆਰਿਓ, ਉੱਚੇ ਪਹਾੜਾਂ ਤੋਂ ਡੂੰਘੀਆਂ ਖੱਡਾਂ ਵੱਲ ਨੂੰ ਚੱਲ ਪਏ ਆ, ਐਨ ਜਿਹੜਾ ਇਹ ਰਸਤਾ ਥੱਲੇ ਜਾ ਰਿਹਾ ਖੱਡ ਵੱਲ ਨੂੰ, ਆ ਬਹੁਤ ਡੂੰਘੇ ਆ ਗਏ ਆਪਾਂ, ਨਾਲ ਨਾਲ ਇਹਦੇ ਨਦੀ ਆ ਗਈ ਆ, ਤੇ ਨਾਲ ਹੀ ਆਪਣਾ ਕਹਿ ਲਓ ਕਿ ਪਹਾੜ ਦੋਵਾਂ ਸਾਈਡਾਂ ਤੇ ਆ ਗਏ। ਜਿਹੜੇ ਪਹਾੜਾਂ ਦੇ ਉੱਪਰਲੇ ਪਾਸੇ ਸੀ ਨਾ ਆਪਾਂ, ਜਮਾਂ ਹੀ ਥੱਲੇ ਆ ਗਏ ਆ, ਜਮਾਂ ਡੂੰਘੀ ਖੱਡ ਦੇ ਵਿੱਚ ਆ। ਇਹ ਵੀ ਇੱਕ ਨਜ਼ਾਰਾ ਵੱਖਰਾ ਹੀ ਆ, ਕਿਉਂਕਿ ਇਹਦਾ ਚਾਰ ਚੁਫੇਰਿਓਂ ਘਿਰਿਆ ਹੋਇਆ, ਇੱਥੇ ਕੋਈ ਸੂਰਜ ਨਹੀਂ ਦੀਂਦਾ, ਕੋਈ ਧੁੱਪ ਨਹੀਂ ਆ, ਕੋਈ ਕੁਛ ਨਹੀਂ, ਇੱਥੇ ਮੌਸਮ ਇੱਦਾਂ ਹੀ ਰਹਿੰਦਾ, ਕਿਉਂਕਿ ਸੂਰਜ ਦੇ ਆਉਣ ਦੀ ਇੱਥੇ ਜਗ੍ਹਾ ਹੀ ਹੈ ਨਹੀਂ। ਪਹਾੜਾਂ ਤੇ ਐਂ ਲੱਗਦਾ ਨਾ ਜਿਵੇਂ ਪਾਲ ਚਫੇਰੀ ਹੁੰਦੀ ਆ, ਚਮਕਾਂ ਮਾਰਦੇ ਪਹਾੜ ਸਾਰੇ। ਬਈ ਜਿੰਦੇ ਪਾਲ ਚ ਕਿਹਨੇ ਫੇਰੀ ਆ? ਇਹ ਦਾਦਾ ਜੀ ਦੇ ਨਾਲ ਇੱਕ ਲੱਗਾ ਹੁੰਦਾ ਪਾਲ ਛਾਲਾ ਮੁੰਡਾ। ਅੱਛਾ, ਇਹ ਬਾਈ ਜਿੰਦੇ ਦੇ ਦਾਦਾ ਜੀ ਦੇ ਨਾਲ ਪਾਲ ਛਾਲਾ ਬੰਦਾ ਸੀ, ਉਹਨੇ ਫੇਰੀ ਆ। ਠੀਕ ਹੈ ਜੀ, ਹਾਂਜੀ ਪਿਆਰੇ, ਲੈ ਆ ਇੱਥੋਂ 106 ਕਿਲੋਮੀਟਰ ਖਰਦੁੰਗਲਾ 155 ਖਰਦੁੰਗਲਾ 155 ਫਿਰ ਲੇਹ ਤੋਂ ਨੇੜੇ ਹੀ ਆ ਖਰਦੁੰਗਲਾ, ਲੇਹ ਦੇ ਹਾਂ ਨੇੜੇ ਹੀ ਫਿਰ ਉੱਥੋਂ ਆਪਾਂ ਸਿੱਧੇ ਨੁਬਰਾ, ਨੁਬਰਾ ਤੋਂ ਮਲਿੰਗਲਾ ਮਲੇ। ਬਈ ਇਹ ਡੂੰਘੇ ਜੇ ਖੱਡ ਦੇ ਵਿੱਚ ਪਹਾੜਾਂ ਚ ਖਾਲਸੀ ਪਿੰਡ ਆ ਗਿਆ, ਡੂੰਘੀ ਖੱਡ ਦੇ ਵਿੱਚ ਨਾ ਡੂੰਘੇ ਪਹਾੜਾਂ ਚ ਥੱਲੇ ਉਤਰੇ ਸੀ,
ਤੇ ਇਹ ਪਿੰਡ ਦੇ ਵਿੱਚ ਦੀ ਆਪਾਂ ਨਿਕਲ ਰਹੇ ਆ ਤੇ ਇੱਥੋਂ ਦੇ ਲੋਕ ਬੜੇ ਅਵੱਲੇ ਆ। ਚੀਨ ਜਿੱਦਾਂ ਚੀਨ ਤੇ ਚਾਈਨਾ ਦੇ ਲੋਕ ਆ ਨਾ ਨੇਪਾਲੀ ਜੇ, ਇੱਦਾਂ ਦੇ ਲੋਕ ਹੀ ਆ ਇੱਧਰ। ਆਪਣੇ ਵਾਲੇ ਤਾਂ ਬਸ ਘੁੰਮਣ ਫਿਰ ਨਹੀਂ ਆਉਂਦੇ ਆ, ਬਾਕੀ ਤਾਂ ਇਹਨਾਂ ਨੇ ਮੱਲੀਆਂ ਹੋਈਆਂ ਜਿਹੜੀਆਂ ਇੱਥੇ ਸਾਰੀਆਂ ਮਾਰਾਂ ਵਿੱਚ। ਕੁਛ ਮੱਲ ਮੁਸਲਮਾਨ ਨੇ, ਕੁਛ ਕਿੱਦਾਂ ਬੋਧੀ ਜ਼ਿਆਦਾ ਨੇ ਇਸ ਏਰੀਏ ਦੇ ਵਿੱਚ। ਪਿੰਡ ਤੋਂ ਬਾਹਰ ਨਿਕਲ ਗਏ ਆਪਾਂ, ਵੱਧਦੇ ਹਾਂ ਅੱਗੇ ਵੱਲ ਨੂੰ। ਜਿਨ੍ਹਾਂ ਦੇ ਚਿਹਰੇ ਵਿੱਚ ਖਿੱਚ ਜਿਹੀ ਹੁੰਦੀ, ਉਹ ਤਾਂ ਰੱਬ ਨੇ 10-10.5 ਫੁੱਟ ਦੀ ਉਚਾਈ ਆ ਪਿੰਡ ਦੀ ਨਰੂਲੇ ਦੀ, 10,000 ਫੁੱਟ ਦੀ ਉਚਾਈ ਤੇ ਬਾਹਰ ਫਿਰ ਉਹ ਆਪਾਂ ਨੀਵਾ ਆ ਗਏ ਨਾ, 2-3 ਹਜ਼ਾਰ ਨੀਵੇ ਹੋ ਗਏ, 13,000 ਤੋਂ। ਜਿਹੜੇ ਬਈ ਉੱਤੋਂ ਬੱਜਰੀ ਡੈਗਦੀ ਜਮਾ ਸੜਕ ਦੀ ਕੰਨੀ ਤੇ ਵੇਖਿਓ, ਬੱਜਰੀ ਨੀ ਬਾਪਾ ਜੋ ਵੀ ਆ, ਮੰਨ ਲਓ ਪਹਾੜ ਜਮਾ ਐਨ ਐਂਡ ਸਲੈਡ ਬਣੀ ਹੋਈ ਆ, ਆ ਸਾਰਾ ਏਰੀਆ ਉਹੀ ਆ। ਇੱਥੇ ਕੱਲੀ ਕੱਲੀ ਚੀਜ਼ ਬੜੀ ਦੇਖਣ ਵਾਲੀ ਆ, ਮੰਨ ਲਓ ਜਗ੍ਹਾ ਜਗ੍ਹਾ ਲੱਗਾ ਹੋਇਆ ਵੀ ਲੈਂਡਸਕੇਪ ਜਿਹੜੀ ਹੈਗੀ ਜ਼ਿਆਦਾ ਹੁੰਦੀ ਇੱਥੇ। ਆ ਦੇਖੋ ਆ ਜਿਹੜਾ ਨਜ਼ਾਰਾ ਤੁਸੀਂ ਦੇਖ ਰਹੇ ਨਾ, ਇਹਨੂੰ ਥੋੜਾ ਐਂ ਕਰ, ਨਹੀਂ ਐਂ ਕਰਕੇ ਦੇਖੋ, ਹੋਰ ਆਊਗਾ ਹੁਣ ਦੇਖੋ ਆ ਨਜ਼ਾਰਾ। ਇਹ ਇੱਦਾਂ ਦੀ ਚੀਜ਼ ਆ ਜਿਹੜੀ ਕਦੇ ਆਪਾਂ ਫਿਲਮਾਂ 'ਚ ਦੇਖੀ ਹੋਊਗੀ ਜਾਂ ਕਿਤੇ ਨਾ ਕਿਤੇ ਵੀਡੀਓ ਵੂਡੀਓ 'ਚ ਹੀ ਦੇਖਿਆ ਹੋਣਾ, ਪਰ ਅਸੀਂ ਨੈਚੁਰਲ ਦੇਖ ਰਹੇ ਹਾਂ, ਤੁਸੀਂ ਵੀਡੀਓ 'ਚ ਹੀ ਦੇਖ ਰਹੇ ਹਾਂ। ਆ ਬੋਧੀਆਂ ਦੇ ਮੱਟ ਬਣੇ ਹੋਏ ਨੇਗੇ, ਮਤਲਬ ਕਿ ਇਹ ਨਹੀਂ ਹੁਣ ਪਤਾ ਕਿ ਮਰਿਆਂ ਦੇ ਬਣਾਉਂਦੇ ਆ ਜਾਂ ਕਿਸੇ ਖਾਸ ਦੇ ਬਣਾਉਂਦੇ ਆ ਜਾਂ ਕਿੱਦੇ ਆ, ਪਰ ਇਹ ਬਹੁਤ ਸਾਰੇ ਮੱਟ ਜਿਹੜੇ ਇਸ ਰਸਤੇ ਤੇ ਆਉਂਦੇ ਆ, ਥਾਂ ਥਾਂ ਤੇ ਬਣੇ ਹੋਏ ਆ। ਤੇ ਇੱਕ ਝਾਕਾ ਜਿਹੜਾ ਤੁਹਾਨੂੰ ਇਹਨਾਂ ਮੱਟਾਂ ਦਾ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ, ਤੱਕੇ ਹੋ ਜੀ ਲਗਾਤਾਰ ਚੜ੍ਹਾਈ ਬਹੁਤ ਜ਼ਿਆਦਾ ਫਿਰ ਹੋ ਗਈ ਆ। ਇੱਕ ਵਾਰੀ ਜਮਾਂ ਥੱਲੇ ਨੂੰ ਆ ਗਏ ਸੀ ਤੇ ਹੁਣ ਫਿਰ ਉੱਪਰ ਨੂੰ ਜਾ ਰਹੇ ਹਾਂ। ਇਹ ਜਿਹੜਾ ਕਦੇ ਚੜ੍ਹਾਈ ਉੱਪਰ ਚੱਲ ਜਾਂਦੀ ਹੈ ਕਦੇ ਥੱਲੇ ਆ ਜਾਂਦੀ ਆ, ਇਹ ਵੱਖਰਾ ਹੀ ਪੱਖ ਆ। ਆ ਤਾਂ ਰਾਜਸਥਾਨ 'ਚ ਆ ਗਏ, ਆਏ ਲੇਹ 'ਚ ਸੀ, ਆ ਤਾਂ ਜਮਾਂ ਰਾਜਸਥਾਨ ਵਾਲਾ ਸੀਨ ਬਣਿਆ ਪਿਆ ਇੱਥੇ ਤਾਂ। ਆ ਲਓ ਮੋਟਰਸਾਈਕਲਾਂ ਵਾਲੇ ਆ ਰਹੇ ਆ ਲਗਾਤਾਰ, ਵੇਖਿਓ ਕਰਾਂ ਦੀ ਲੰਮੀ ਲਾਈਨ ਦੇ ਵਿੱਚ। ਆ ਵੀ ਨਜ਼ਾਰਾ ਇੱਕ ਵੱਖਰਾ ਹੀ ਆ ਗਿਆ, ਉਹ ਆਸੇ ਪਾਸੇ ਪਹਾੜ ਆ ਤੇ ਖਾਲੀ ਰੋਡ। ਅੱਛਾ ਆਪਣੀ ਇਧਰਲੀ ਰੋਡ ਆ, ਅੱਛਾ ਖਾਲੀ ਥਾਵਾਂ ਬਿਲਕੁਲ ਖਾਲੀ। ਵੇਖਿਓ ਅੱਗੇ ਇਹ, ਹਾਂਜੀ ਇਹ ਜਿਵੇਂ ਫੁੱਟਾਂ ਲੈ ਕੇ ਬਣਾਈ ਹੋਈ ਆ, ਸਿੱਧਾ ਰੋਡ ਆ ਗਿਆ ਲੇਹ ਦੇ ਪਹਾੜਾਂ ਦੇ ਵਿੱਚ। ਬਈ ਜਦੋਂ ਕਿਤੇ ਲੇਹ ਆਓ ਨਾ ਤੁਸੀਂ ਲੇਹ, ਤੇ ਤੁਹਾਨੂੰ ਇੱਥੇ ਪਹਾੜਾਂ ਦੀਆਂ ਵੱਖ ਵੱਖ ਨਸਲਾਂ ਦੇਖਣ ਨੂੰ ਮਿਲਣਗੀਆਂ।
ਆ ਜਿਹੜਾ ਪਹਾੜ ਹੁਣ ਆਪਾਂ ਦੇਖੀ ਜਾਂਦੇ ਆ ਇਹ ਅਲੱਗ ਹੀ ਨਸਲ ਦਾ ਵਾ। ਇਹ ਪਹਾੜ ਦੇ ਨਾ ਪੀਸ ਕੱਟ ਕੱਟ ਕੇ ਇੱਟਾਂ ਬਣਾਈ ਫਿਰਦੇ ਆ ਇਹ, ਤੇ ਇਹ ਨਸਲਾਂ ਅਲੱਗ ਅਲੱਗ ਪਹਾੜਾਂ ਦੀਆਂ ਤੇ ਅਲੱਗ ਅਲੱਗ ਹੀ ਆ। ਫੌਜੀਆਂ ਦਾ ਬੜਾ ਵੱਡਾ ਕੈਂਪ ਆ ਜਿਹੜਾ ਇੱਥੇ ਆ ਚੁੱਕਿਆ ਵਾ, ਨਿੰਮੂ ਵਿਲੇਜ ਇੱਥੋਂ 3 ਕਿਲੋਮੀਟਰ ਆ, ਤੇ ਬੜਾ ਹੀ ਖੁੱਲ੍ਹਾ ਏਰੀਆ ਜਿਹੜਾ ਇਹ ਸਾਰਾ ਏਰੀਆ ਫੌਜੀਆਂ ਨੇ ਮੱਲਿਆ। ਇੱਥੇ ਆਪਣੇ ਕੁਆਟਰ ਵਗੈਰਾ ਬਣਾਏ ਹੋਏ ਨੇਗੇ, ਨਾਲ ਆ ਬੋਧੀਆਂ ਦੇ ਦੋ ਵੱਡੇ ਮੰਦਰ ਆ, ਇੱਕ ਆ ਗਿਆ ਇੱਕ ਅਗਲਾ, ਇਹ ਵੱਖਰੇ ਸਟਾਈਲ ਦੇ ਆ। ਹੁਣ ਮੰਦਰ ਦੇ ਅੰਦਰ ਕੀ ਹੈ ਆਪਾਂ ਨੂੰ ਨਹੀਂ ਪਤਾ ਕਿਉਂਕਿ ਆਪਾਂ ਗਏ ਨੀ ਕਦੇ। ਹਾਂਜੀ ਮਿੱਤਰ ਪਿਆਰਿਓ, ਇੱਥੋਂ ਇੱਕ ਰਾਹ ਤਾਂ ਚੰਡੀਗੜ੍ਹ ਮਨਾਲੀ ਤੇ ਇੱਧਰਲੇ ਪਾਸੇ ਨੂੰ ਜਾਂਦਾ ਪਿਆ ਵਾ, ਤੇ ਦੂਸਰੇ ਪਾਸੇ ਕੀ ਆ ਕਿ ਲੇਹ, ਆ ਉੱਪਰ ਨੂੰ ਲੇਹ ਜਾਂਦੇ ਆ ਆਪਾਂ। ਤੇ ਤੁਹਾਨੂੰ ਇੱਥੇ ਜਿਹੜੇ ਲੇਹ ਵਾਲਿਆਂ ਨੇ ਇਨਫੋਰਮੇਸ਼ਨ ਦੇ ਜਿਹੜੇ ਬੋਰਡ ਲਾਏ ਆ ਉਹ ਬੋਰਡ ਤੁਹਾਨੂੰ ਦਿਖਾਉਂਦੇ ਆ। ਇੱਥੇ ਮਤਲਬ ਕਿ ਆਹ ਜਿਹੜਾ ਨਾਲ ਇੱਧਰਲੇ ਪਾਸੇ ਦਰਿਆ ਵਗ ਰਿਹਾ, ਇੰਦਸ ਦਰਿਆ ਵਾ ਇਹਦਾ ਨਾਮ, ਸਾਈਡ ਤੇ ਆ ਜਿਹੜਾ ਰੋਡ ਥੱਲੇ ਨੂੰ ਜਾਂਦਾ ਉਹਦੇ ਨਾਲ ਨਾਲ ਇਹ ਦਰਿਆ ਜਾਂਦਾ। ਤੇ ਜਿਹੜਾ ਅੱਗੇ ਆ ਇਹਨਾਂ ਨੇ ਮੈਗਨੇਟਿਕ ਹਿੱਲ ਦਾ ਇੱਕ ਤਾਂ ਵੈਲਕਮ ਟੂ ਲਦਾਖ ਇੰਜੋਏ ATV ਰਾਈਡ ਐਂਡ ਮੈਗਨੇਟਿਕ ਹਿੱਲ, ਇੱਥੇ ਅਗਲੇ ਪਾਸੇ 3 ਕਿਲੋਮੀਟਰ ਤੇ ਮੈਗਨੇਟ ਹਿੱਲ ਆ, ਉਹ ਹਿੱਲ ਤੇ ਤੁਹਾਨੂੰ ਲੈ ਕੇ ਜਾਂਦੇ ਆ। ਤੇ ਉੱਥੇ ਮੈਗਨੇਟ ਹਿੱਲ ਦਾ ਜਿਹੜਾ ਨਜ਼ਾਰਾ ਕੀ ਉਹਦੇ ਵਿੱਚ ਹੈਗੀਆਂ ਖਾਸੀਅਤ ਕੀ ਆ ਖੂਬੀ ਕੀ ਆ ਉਹ ਸਾਰੀ ਉਹ ਮੈਗਨੇਟ ਹਿੱਲ ਤੇ ਜਾ ਕੇ ਤੁਹਾਨੂੰ ਦੱਸਦੇ ਆ। ਇਹ ਬਈ ਜਿਹੜਾ ਨਾਲ ਨਾਲ ਨਾ ਇੱਥੇ ਇੰਦਸ ਦਰਿਆ ਵਾ, ਇਹ ਜਿਹੜਾ ਤਿੱਬਤ ਤੋਂ ਸ਼ੁਰੂ ਹੁੰਦਾ ਵਾ, ਤਿੱਬਤ ਤੋਂ ਸ਼ੁਰੂ ਹੋ ਕੇ ਸਾਰਾ ਇਸ ਇਲਾਕੇ ਵਿੱਚ ਦੀ ਲੇਹ ਵਿੱਚ ਦੀ ਕਾਰਗਿਲ ਵਿੱਚ ਦੀ ਲੰਘ ਕੇ ਮੰਨ ਲਓ ਇਹ ਜਾ ਕੇ ਕਰਾਚੀ ਪਾਕਿਸਤਾਨ ਦੇ ਵਿੱਚ ਜਾ ਕੇ ਇਹ ਖਤਮ ਹੁੰਦਾ। ਇਹ ਕਹਿ ਲਓ ਕਿ ਤਿੱਬਤ ਤੋਂ ਸ਼ੁਰੂ ਹੋ ਕੇ ਤੇ ਕਰਾਚੀ ਤੱਕ ਇਹ ਲਗਾਤਾਰ ਇਹੀ ਦਰਿਆ ਇੱਦਾਂ ਹੀ ਜਾਂਦਾ ਵਾ। ਪਿਆਰਿਓ ਆਹ ਜਿਹੜਾ ਇੱਥੋਂ ਵਿਊ ਤੁਸੀਂ ਦੇਖ ਰਹੇ ਹੋ ਨਾ, ਇਹ ਵਿਊ ਬੜਾ ਹੀ ਕਮਾਲ ਦਾ ਹੈ। ਇੱਥੇ ਕੀ ਹੁੰਦਾ ਕਿ ਇੱਥੇ ਦੋ ਦਰਿਆ ਰਲਦੇ ਆ, ਆਹ ਦੇਖੋ ਨਾ ਇੱਥੇ ਪਾਣੀ ਅਲੱਗ ਅਲੱਗ ਆ, ਸੈਂਟਰ 'ਚ ਦੇਖ ਰਹੇ ਹੋ ਉਹ ਸਾਹਮਣੇ ਵਾਲੇ ਪਾਸਿਓਂ ਜਿਹੜਾ ਦਰਿਆ ਆ ਰਿਹਾ ਉਹ ਆ ਰਿਹਾ ਇੰਡਸ, ਤੇ ਜਿਹੜਾ ਇੱਧਰੋਂ ਆ ਰਿਹਾ ਉਹ ਆ ਰਿਹਾ ਜੰਸਕਰ ਦਰਿਆ। ਇਹ ਦੋਨੇ ਦਰਿਆ ਆਪਸ ਵਿੱਚ ਆ ਕੇ ਇੱਥੇ ਰਲ ਜਾਂਦੇ ਆ ਤੇ ਇੱਥੇ ਦੋਹਾਂ ਦਰਿਆਵਾਂ ਦਾ ਸੰਗਮ ਬਣਦਾ। ਥੱਲੇ ਇੱਕ ਇੱਦਾਂ ਦਾ ਪੁਆਇੰਟ ਬਣਾਇਆ ਜਿਹੜੇ ਟੂਰਿਸਟ ਆਉਂਦੇ ਨੇ ਨਾਲ ਉਹਨਾਂ ਦੇ ਘੁੰਮਣ ਫਿਰਨ ਵਾਸਤੇ, ਜਾਂ ਜਿਨ੍ਹਾਂ ਨੇ ਆ ਕੇ ਇੱਥੇ ਰੈਫਟਿੰਗ ਵਗੈਰਾ ਕਰਨੀ ਆ ਉਹ ਇਸ ਦਰਿਆ ਦੇ ਵਿੱਚ ਰੈਫਟਿੰਗ ਵੀ ਕਰਦੇ ਆ। ਜਿਹੜਾ ਇਹ ਨਜ਼ਾਰਾ ਬੜਾ ਹੀ ਰਮਣੀਕ ਆ ਦੇਖਿਓ ਜੀ, ਬੜਾ ਖੂਬਸੂਰਤ ਜਿਹੜਾ ਇੱਥੋਂ ਦਾ ਨਜ਼ਾਰਾ, ਇੱਥੇ ਅਸੀਂ ਰੁਕੇ ਹੋਏ ਹਾਂ ਅਤੇ ਬੜਾ ਹੀ ਆਨੰਦਮਈ ਖੂਬਸੂਰਤ ਨਜ਼ਾਰਾ। ਉਹ ਸੜਕ ਦੇਖੋ ਇੱਧਰ ਦੀ ਜਾ ਕੇ ਅਤੇ ਦੂਜੇ ਪਾਸੇ ਆ ਕੇ ਰੁਕਦੀ ਆ, ਅਤੇ ਜਿਹੜੀਆਂ ਉਹ ਗੱਡੀਆਂ ਉਹ ਐਂ ਲੱਗਦੀਆਂ ਜਿਵੇਂ ਖਿਡੌਣੇ ਹੁੰਦੇ ਆ ਬੱਚਿਆਂ ਵਾਲੇ ਖਿਡੌਣੇ। ਅਤੇ ਇਹ ਸਾਰਾ ਜਿਹੜਾ ਇੱਥੋਂ ਦਾ ਬੜਾ ਹੀ ਨਜ਼ਾਰੇਦਾਰ ਪਾਲਾ ਹੈ, ਇਹ ਤੁਹਾਨੂੰ ਤਾਂ ਦਿਖਾਇਆ ਕਿ ਬੜਾ ਸੁੰਦਰਤਾ ਦਾ ਅਤੇ ਬੜਾ ਕਹਿ ਲਓ ਕਿ ਖੋਜਣ ਦਾ ਵਿਸ਼ਾ, ਸਮਝਣ ਦਾ ਵਿਸ਼ਾ ਜਿਹਨੂੰ ਆਪਾਂ ਕਹਿ ਲਈਏ ਕਿ ਇਹ ਦੋਵੇਂ ਦਰਿਆਵਾਂ ਦਾ ਜਿਹੜਾ ਸੰਗਮ ਇੱਥੇ ਆ ਕੇ ਰਲ ਕੇ ਇੱਕੋ ਦਰਿਆ 'ਚ ਅੱਗੇ ਚਲੇ ਜਾਂਦੇ ਆ। ਹਾਂਜੀ ਮਿੱਤਰ ਪਿਆਰਿਓ, ਪਹੁੰਚ ਗਿਆ ਮੈਗਨੇਟ ਹਿੱਲ 'ਤੇ, ਜਿਹੜੀ ਇਹਦੀ ਉਚਾਈ ਆ 11,123 ਫੁੱਟ ਆ। ਹੁਣ ਇੱਥੇ ਆਪਾਂ ਰੁਕਾਂਗੇ, ਰੁਕ ਕੇ ਥੋੜ੍ਹੀ ਜਿਹੀ ਇਹਦੀ ਪ੍ਰੋਪਰ ਜਾਣਕਾਰੀ ਲੈਂਦੇ ਹਾਂ, ਡਿਟੇਲ ਲੈਂਦੇ ਹਾਂ ਅਤੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬਾਬਾ ਨੋ ਪਾਰਕਿੰਗ ਏਰੀਆ, ਨੋ ਪਾਰਕਿੰਗ ਏਰੀਆ ਅੱਗੇ ਲਾ, ਮੈਨੂੰ ਲੱਗਦਾ ਉਹ ਸਾਹਮਣੇ ਵਾਲੀ ਆ ਜਿਹੜੀ ਉਹ ਚੜ੍ਹਦੀ ਹੈ ਨਾ ਚੜ੍ਹਾਈ। ਹਾਂ ਉਹ ਚੜ੍ਹੂ ਬੰਦ ਕਰ, ਉਹ ਵੇਖੀ ਲੈ ਵਿਚਾਲੇ ਰਾਹ ਦੇ ਬਹਿ ਕੇ ਕੀ ਕੀਤਾ।
ਹਾਂਜੀ ਆਹ ਮੈਗਨੇਟ ਹੈਲਾ ਆਹ ਪੁਆਇੰਟ ਤੋਂ ਲੈ ਕੇ ਨਾ ਜਿੱਥੇ ਆਹ ਦੋ ਲਾਈਨਾਂ ਲੱਗੀਆਂ ਅਤੇ ਆਹ ਲਾਈਨਾਂ ਤੱਕ ਇਹਨੂੰ ਮੈਗਨੇਟ ਹੈਲ ਕਹਿੰਦੇ ਆ। ਕਹਿੰਦੇ ਇਸ ਥਾਂ 'ਤੇ ਲਿਆ ਕੇ ਜਦੋਂ ਗੱਡੀ ਆਪਾਂ ਖਿਲਾਰ ਦਿੰਦੇ ਹਾਂ ਅਤੇ ਗੱਡੀ ਪਿੱਛੇ ਨੂੰ ਆਪੇ ਜਾਂਦੀ ਆ। ਅਤੇ ਇਹਨਾਂ ਨੇ ਟੈਸਟ ਲਾਈਨ ਲਾਈ ਹੋਈ ਆ, ਇਸ ਟੈਸਟ ਲਾਈਨ ਦੇ ਉੱਪਰ ਕਈਆਂ ਨੇ ਗੱਡੀ ਖੜਾ ਕੇ ਟੈਸਟ ਕਰਕੇ ਵੀ ਦੇਖਿਆ। ਆਹ ਸਾਹਮਣੇ ਫੂਡ ਪੁਆਇੰਟ ਬਣਿਆ ਹੋਇਆ, ਨਾਲ ਇੱਧਰਲੇ ਪਾਸੇ ਐਕਟੀਵਿਟੀਜ਼ ਚੱਲ ਰਹੀਆਂ ਜਿਹੜੀਆਂ ਮਤਲਬ ਕਿ 4x4 ਆ ਗਡੀਰੇ ਜੇ ਹੁੰਦੇ ਆ ਇਹਨਾਂ ਦੀਆਂ ਐਕਟੀਵਿਟੀਆਂ ਨੇ, ਇਹ ਸਾਰੀਆਂ ਚੱਲ ਰਹੀਆਂ ਨੇ। ਹੁਣ ਅਸੀਂ ਸਾਰਾ ਇਹ ਦੇਖ ਚੁੱਕੇ ਹਾਂ। ਆਹ ਦੇਖੋ ਜਿਵੇਂ ਆਹ ਗੱਡੀ ਬਾਈ ਨੇ ਰੋਕਤੀ ਇੱਥੇ ਮੈਗਨੇਟ ਹਿੱਲ 'ਤੇ, ਰੋਕ ਕੇ ਕੀ ਕੀਤਾ ਆਹ ਦੇਖੋ ਬੰਦ ਕਰਤੀ ਆ ਗੱਡੀ, ਅਤੇ ਇਹ ਗੱਡੀ ਆਪਣੇ ਆਪ ਰੁੜ ਰਹੀ ਆ, ਸਟਾਰਟ ਨਹੀਂ, ਗੱਡੀ ਬੰਦ ਕਰਕੇ ਨਿਊਟਰਲ ਕੀਤੀ ਆ ਅਤੇ ਆਪਣੇ ਆਪ ਅੱਗੇ ਨੂੰ ਚੱਲ ਗਈ ਆ। ਟੈਸਟ ਲਾਈਨ ਤੋਂ ਬੰਦ ਕਰਕੇ ਅਤੇ ਅੱਗੇ ਦੀ ਅੱਗੇ ਤੋਰ ਲਿਆ, ਖਿੱਚ ਦੇ ਨਾਲ ਉੱਥੋਂ ਤੱਕ ਆਪਣੇ ਆਪ ਚੱਲ ਗਈ। ਕਹਿੰਦੇ ਉਹ ਸਾਹਮਣੇ ਪਹਾੜ ਮੈਗਨੇਟ ਆ, ਇਹ ਹੁਣ ਪਰਮਾਤਮਾ ਜਾਣਦਾ ਕੀ ਖੇਡ ਆ, ਇਹਦੇ ਅੰਦਰਲਾ ਰਾਜ ਕੀ ਆ ਉਹ ਅੱਲਾ ਜਾਣੇ, ਵਾਹਿਗੁਰੂ ਜਾਣੇ। ਅਤੇ ਦ੍ਰਿਸ਼ ਆ ਜਿਹੜਾ ਉਹ ਤਾਂ ਫਿਰ ਖੂਬਸੂਰਤ ਹੈ ਹੀ ਆ, ਉਹਦੇ ਤਾਂ ਕਹਿਣੇ ਕੀ ਆ, ਪਰਮਾਤਮਾ ਦੀ ਕਾਇਨਾਤ ਦੇ। ਉਹ ਸਾਹਮਣੇ ਲਿਖਿਆ ਜੀ ਮੈਗਨੇਟ ਹਿੱਲ, ਇਹ ਪਹਾੜ ਨੂੰ ਮੈਗਨੇਟ ਹਿੱਲ ਕਿਹਾ ਜਾਂਦਾ। ਅਤੇ ਆਹ ਜਿਹੜਾ ਸਾਹਮਣੇ ਦੇਖ ਰਹੇ ਹੋ 4x4 ਆਫ ਰੋਡਿੰਗ ਐਕਟੀਵਿਟੀ ਚੱਲ ਰਹੀ ਆ, ਇੱਥੇ ਲੋਕ ਆਪਣੀ ਐਕਟੀਵਿਟੀਜ਼ ਕਰ ਰਹੇ ਨੇ। ਹਾਂਜੀ ਗੁਰੂ ਸਵਾਰਿਓ, ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਬਾਬਾ ਨੇੜੇ ਜਾ ਕੇ ਉਹਦਾ ਜਿਹੜਾ ਇਹ ਬੋਰਡ ਆ ਗਿਆ ਵਾ ਪਹਿਲਾਂ, ਅਤੇ ਉਸ ਤੋਂ ਅੱਗੇ ਗੁਰਦੁਆਰਾ ਸਾਹਿਬ ਸ਼੍ਰੀ ਪੱਥਰ ਸਾਹਿਬ 200 meters ਏਰੀਆ, ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ, ਉਹ ਉੱਪਰ ਉੱਚੇ ਅਸਥਾਨ 'ਤੇ ਅਤੇ ਥੱਲੇ ਬਣਿਆ ਹੋਇਆ, ਕਰੋ ਜੀ ਦਰਸ਼ਨ। ਗੁਰਦੁਆਰਾ ਪੱਥਰ ਸਾਹਿਬ ਇਹ ਹੈਗਾ 11,533 ਫੁੱਟ ਦੀ ਉਚਾਈ 'ਤੇ, ਇੱਥੇ ਪੱਥਰ ਹੀ ਪੱਥਰ ਨੇ ਇੱਧਰਲੇ ਪਾਸੇ, ਉਹ ਬਈ ਉੱਪਰੋਂ ਪੱਥਰ ਸੁੱਟਿਆ ਸੀ ਆਪਾਂ ਜਾ ਕੇ ਆਉਂਦੇ ਕੋਈ, ਠੀਕ ਆ ਜੀ। ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਗਈ, ਆਪਾਂ ਇੱਕ ਪਾਸੇ ਗੱਡੀ ਪਾਰਕਿੰਗ ਕਰਦੇ ਹਾਂ, ਪਾਰਕਿੰਗ ਕਰਨ ਤੋਂ ਬਾਅਦ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦੇਣ ਦੀ ਜਿਹੜੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਗੁਰਮੁਖ ਪਿਆਰਿਓ, ਪਹੁੰਚ ਗਏ ਹਾਂ ਗੁਰਦੁਆਰਾ ਲੇਹ ਸਾਹਿਬ, ਗੱਡੀ ਕਰ ਦਿੱਤੀ ਆਪਾਂ ਪਾਰਕ। ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ, ਜਿਹੜੀ ਇਮਾਰਤ ਹੈ, ਦਰਬਾਰ ਸਾਹਿਬ ਹੈ ਸਾਹਮਣੇ ਵਾਲੇ ਪਾਸੇ, ਅਤੇ ਇੱਧਰਲੇ ਪਾਸੇ ਨਿਸ਼ਾਨ ਸਾਹਿਬ ਲੱਗਿਆ ਹੋਇਆ, ਅਤੇ ਜਿਹੜਾ ਸਾਹਮਣੇ ਉਹ ਉੱਪਰ ਦੇਖੋ ਜਿੱਥੇ ਨਿਸ਼ਾਨ ਸਾਹਿਬ ਝੂਲ ਰਿਹਾ, ਇਹ ਉਹ ਜਗ੍ਹਾ ਵਾ ਜਿਸ ਜਗ੍ਹਾ ਤੋਂ ਉਹ ਬੰਦੇ ਨੇ, ਉਸ ਇਨਸਾਨ ਨੇ ਗੁਰੂ ਨਾਨਕ ਸਾਹਿਬ 'ਤੇ ਪੱਥਰ ਸੁੱਟਿਆ ਸੀ, ਉਹਦਾ ਜਿਹੜਾ ਨਾਮ ਆ ਉਹ ਅੱਗੇ ਜਾ ਕੇ ਅਸੀਂ ਦੇਖਦੇ ਹਾਂ, ਜੇ ਮਿਲਿਆ ਤਾਂ ਉਹਦੇ ਬਾਰੇ ਜ਼ਰੂਰ ਜਾਣਕਾਰੀ ਦੇਵਾਂਗੇ। ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਵਿਰੋਧਤਾ ਦੇ ਵਿੱਚ ਜਿਵੇਂ ਪੰਜਾ ਸਾਹਿਬ ਤੋਂ ਪੱਥਰ ਸੁੱਟਿਆ ਸੀ, ਉਵੇਂ ਹੀ ਇੱਥੋਂ ਪੱਥਰ ਸੁੱਟਿਆ ਗਿਆ ਸੀ।
ਉੱਚੀ ਥਾਂ ਤੋਂ ਪੱਥਰ ਸੁੱਟਿਆ ਗਿਆ ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਹੜੇ ਉਹ ਥੱਲੇ ਬੈਠੇ ਸੀ। ਪਾਤਸ਼ਾਹ 'ਤੇ ਆ ਕੇ ਪੱਥਰ ਜਿਸ ਟਾਈਮ 'ਤੇ ਵੱਜਦਾ, ਇੱਥੋਂ ਦੇ ਇਤਿਹਾਸਕਾਰਾਂ ਦੇ ਦੱਸਣ ਮੁਤਾਬਕ, ਇੱਥੋਂ ਵਾਲਿਆਂ ਦੇ ਦੱਸਣ ਮੁਤਾਬਕ, ਜਦੋਂ ਪੱਥਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੈਠਿਆਂ ਦੇ ਉੱਤੇ ਵੱਜਿਆ ਅਤੇ ਪੱਥਰ ਧੱਸ ਗਿਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕੁਛ ਨਹੀਂ ਹੋਇਆ, ਉਹਨੇ ਥਾਂ 'ਤੇ ਪੱਥਰ ਦੇ ਵਿੱਚ ਨਿਸ਼ਾਨ ਪੈ ਗਿਆ। ਬਾਕੀ ਦੀ ਡਿਟੇਲ ਸਾਰੀ ਅੱਗੇ ਜਾਂਦੇ ਹਾਂ। ਹਾਂਜੀ, ਦਰਬਾਰ ਸਾਹਿਬ ਦੀ ਐਂਟਰੀ ਆ। ਹਾਂਜੀ, ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਅੰਦਰ ਜਾ ਰਹੇ ਹਾਂ ਜੀ, ਆਪਾਂ ਦਰਸ਼ਨ ਕਰਦੇ ਹਾਂ ਗੁਰੂ ਸਾਹਿਬ ਦੇ। ਇੱਥੇ ਮੈਡੀਕਲ ਏਡ ਪੋਸਟ ਵੀ ਆ, ਜੇ ਕਿਸੇ ਨੂੰ ਕੋਈ ਮੈਡੀਕਲ ਦੀ ਜ਼ਰੂਰਤ ਆ ਉਹ ਇੱਥੇ ਲੈ ਸਕਦਾ। ਇੱਧਰ ਜੋੜਾ ਘਰ ਬਣਿਆ ਹੋਇਆ, ਜੋੜਾ ਘਰ 'ਚ ਆਪਾਂ ਜੋੜੇ ਉਤਾਰਾਂਗੇ। ਇੱਥੋਂ ਹੱਥ ਪੈਰ ਸਾਫ਼ ਕਰਕੇ ਫਿਰ ਆਪਾਂ ਅੱਗੇ ਨੂੰ ਚੱਲਦੇ ਹਾਂ ਜੀ। ਇਹ ਬਣਿਆ ਹੋਇਆ ਪੁਆਇੰਟ ਹੱਥ ਸਾਫ਼ ਕਰਨਾ, ਚਰਨ ਕੁੰਡ ਆ ਜੀ, ਪੈਰ ਸਾਫ਼ ਕਰਕੇ ਅੱਗੇ ਨੂੰ ਚੱਲ। ਇੱਥੇ ਤਪ ਸਥਾਨ ਦਾ ਜਿਹੜਾ ਰਸਤਾ ਬਣਿਆ ਹੋਇਆ, ਤਪ ਸਥਾਨ ਆਪਾਂ ਵਾਪਸੀ 'ਤੇ ਦੇਖਾਂਗੇ। ਇਹ ਫੌਜੀ ਰੈਜੀਮੈਂਟ ਜਿਹੜੀ ਆ, ਇੱਥੇ ਦੇਖੋ ਕਿਹੜੀ ਰੈਜੀਮੈਂਟ ਦਾ ਇਹ, ਨਾਈਨਥ ਬਟਾਲੀਅਨ ਦੀ ਸਿੱਖ ਲਾਈਟ, ਉਹਨਾਂ ਵੱਲੋਂ ਜਿਹੜਾ ਇਹ ਬੋਰਡ ਲਾਇਆ ਗਿਆ। ਲੰਗਰ ਚੱਲ ਰਿਹਾ, ਲੰਗਰ ਆਪਾਂ ਬਾਅਦ ਵਿੱਚ ਛਕਾਂਗੇ। ਸਾਹਮਣੇ ਦਰਬਾਰ ਸਾਹਿਬ ਆ ਅਤੇ ਇਸ ਟਾਈਮ ਅਰਦਾਸ ਹੋ ਰਹੀ ਹੈ, ਅਰਦਾਸ ਦੇ ਵਿੱਚ ਸ਼ਾਮਿਲ ਹੁੰਦੇ ਹਾਂ। ਅਰਦਾਸ ਤੋਂ ਬਾਅਦ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਪੱਥਰ ਸਾਹਿਬ ਦੇ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਸਿੱਖ ਰੈਜੀਮੈਂਟ ਦੇ ਵੀਰ ਜਿਹੜੇ ਗੁਰਦੁਆਰਾ ਪੱਥਰ ਸਾਹਿਬ ਪ੍ਰਸ਼ਾਦਾ ਤਿਆਰ ਕਰਦੇ ਹੋਏ
ਰਲ ਮਿਲ ਕੇ ਸਾਰੇ ਸਿੰਘ ਗੁਰੂ ਕਾ ਲੰਗਰ ਤਿਆਰ ਹੁੰਦਾ, ਪ੍ਰਸ਼ਾਦਾ ਤਿਆਰ ਹੁੰਦਾ, ਨਾਲ ਇੱਧਰਲੇ ਪਾਸੇ ਜਿਹੜੀਆਂ ਸੇਵਾਵਾਂ ਬਰਤਨ ਸਾਫ਼ ਕਰਨ ਦੀਆਂ ਚੱਲ ਰਹੀਆਂ ਨੇ, ਇੱਥੇ ਨੌਜਵਾਨ ਵੀਰ ਸਿੰਘ ਸਾਰੇ ਰਲ ਮਿਲ ਕੇ ਭਾਂਡੇ ਸਾਫ਼ ਕਰਨ ਦੀ ਜਿਹੜੀ ਸੇਵਾ ਕਰ ਰਹੇ ਨੇ। ਇੱਧਰ ਉੱਪਰਲੇ ਪਾਸੇ ਤਪ ਸਥਾਨ ਬਣਿਆ ਹੋਇਆ ਵਾ, ਕਿਉਂਕਿ ਆਪਾਂ ਪਹਿਲੀ ਵਾਰ ਆਏ ਹਾਂ, ਤਪ ਸਥਾਨ ਦੇ ਦਰਸ਼ਨ ਕਰਦੇ ਹਾਂ, ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਯਾਦ ਦੇ ਵਿੱਚ ਹੀ ਹੈ। ਉਹ ਸਾਹਮਣੇ ਉਹ ਜਗ੍ਹਾ ਜਿੱਥੋਂ ਪੱਥਰ ਘੇਰਿਆ ਸੁੱਟਿਆ ਸੀ, ਜਿਸ ਜਗ੍ਹਾ ਤੋਂ ਪੱਥਰ ਗੁਰੂ ਨਾਨਕ ਸਾਹਿਬ ਦੇ ਉੱਪਰ ਸੁੱਟਿਆ ਗਿਆ ਸੀ, ਇਹ ਉਹ ਜਗ੍ਹਾ। ਇੱਧਰਲੇ ਪਾਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਦਰਬਾਰ ਸਾਹਿਬ, ਅਤੇ ਇੱਧਰਲੇ ਪਾਸੇ ਉੱਪਰ ਤਪ ਸਥਾਨ ਬਣਾਇਆ ਹੋਇਆ ਆਰਮੀ ਨੇ, ਜਿਹੜੇ ਇਸ ਪੂਰੇ ਸਥਾਨ ਦੀ ਸੇਵਾ ਸੰਭਾਲ ਆ। ਇਹ ਇੰਡੀਅਨ ਆਰਮੀ ਦੀਆਂ ਵੱਖ ਵੱਖ ਬਟਾਲਣਾਂ ਕਰਦੀਆਂ ਨੇ, ਜਿਹੜੀਆਂ ਸਮੇਂ ਸਮੇਂ ਅਨੁਸਾਰ ਦੋ ਦੋ ਸਾਲਾਂ ਬਾਅਦ ਡਿਊਟੀ ਲੱਗਦੀ ਹੈ। ਬਾਕੀ ਹਰ ਇੱਕ ਬਟਾਲਣ ਦੇ ਸਿੱਖ ਰੈਜੀਮੈਂਟ ਦੇ ਦੋ ਦੋ ਵੀਰ ਇੱਥੇ ਸੇਵਾ ਕਰਦੇ ਨੇ। ਇਹ ਸਾਰੇ ਸਥਾਨ ਦੀ ਸੇਵਾ ਸੰਭਾਲ ਆ ਜਿਹੜੀ ਉਹ ਸਿੱਖ ਰੈਜੀਮੈਂਟ ਦੇ ਕੋਲ ਹੈ। ਸਾਰੇ ਸਥਾਨ ਦੀ ਸੇਵਾ ਸੰਭਾਲ ਸਿੱਖ ਰੈਜੀਮੈਂਟ ਫੌਜੀ ਵੀਰ ਕਰਦੇ ਨੇ, ਗ੍ਰੰਥੀ ਸਿੰਘ ਤੋਂ ਲੈ ਕੇ ਲੰਗਰ ਦੀਆਂ ਸੇਵਾਵਾਂ, ਦਰਬਾਰ ਸਾਹਿਬ ਦੀਆਂ। ਬੜਾ ਸੋਹਣਾ ਪ੍ਰਬੰਧ ਜਿਹੜਾ ਇੱਥੇ ਲੱਦਾਖ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਇਸ ਪਾਵਨ ਅਸਥਾਨ 'ਤੇ ਕੀਤਾ ਹੋਇਆ। ਸਿਹਤ ਆ ਜੀ, ਜੇ ਕਿਸੇ ਦੇ ਸਿਰ 'ਤੇ ਟੋਪੀ ਲਈ ਆ, ਕੈਪਰੀ ਪਾਈ ਆ, ਲੱਤਾਂ ਨੰਗੀਆਂ, ਕਿਸੇ ਦੇ ਪੂਰੇ ਕੱਪੜੇ ਨਹੀਂ ਪਾਏ, ਅਤੇ ਨਾਲ ਦੀ ਨਾਲ ਫੌਜੀ ਵੀਰ ਨੇ ਜਿਹੜੇ ਟੋਪੀਆਂ ਲਵਾ ਕੇ ਰੁਮਾਲ ਬਣਾਉਂਦੇ ਨੇ, ਇੱਧਰ ਚੇਂਜ ਰੂਮ ਆ। ਜੇ ਕਿਸੇ ਦੇ ਕੈਪਰੀ ਪਾਈ ਆ, ਉਹਦੇ ਪਜਾਮਾ ਪਵਾਉਂਦੇ ਨੇ। ਜੇ ਕਿਸੇ ਬੀਬੀ ਦੇ ਵੀ ਕੱਪੜੇ ਅਧੂਰੇ ਨੇ, ਉਹਦੇ ਪੂਰੇ ਕੱਪੜੇ ਪਵਾਏ ਜਾਂਦੇ ਨੇ, ਫਿਰ ਅੰਦਰ ਦਰਸ਼ਨ ਦੀਦਾਰ ਵਾਸਤੇ ਭੇਜਿਆ ਜਾਂਦਾ। ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਹੁਣ ਅਸੀਂ ਚੱਲ ਪਏ ਹਾਂ ਲੇਹ ਵੱਲ ਨੂੰ, ਅਤੇ ਲੇਹ ਵਿੱਚ ਗੁਰਦੁਆਰਾ ਦਾਤਨ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ, ਅਤੇ ਜਰਨਲ ਜ਼ੋਰਾਵਰ ਸਿੰਘ ਫੋਰਟ ਅਤੇ ਹੋਰ ਵੀ ਜੋ ਕੁਝ ਸਾਨੂੰ ਲੇਹ ਦੇ ਅੰਦਰ ਮਿਲੇਗਾ। ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਕੀ ਕਰੀਏ, ਠੰਡੀ ਹਵਾ ਆਉਂਦੀ ਆ। ਵੈਲਕਮ ਟੂ ਲੇਹ ਵਾਲਾ ਬੋਰਡ ਆ ਗਿਆ ਬਾਬਾ। ਹਾਂਜੀ ਪਿਆਰਿਓ, ਲੇਹ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇੰਡੀਆ ਦਾ ਝੰਡਾ ਲੱਗਿਆ ਸਾਹਮਣੇ, ਰਿੰਚਨ ਚੌਂਕ ਆ, ਸਿੱਧੇ ਜਾਣਾ ਨਾ ਆਪਾਂ। ਉਹ ਕੀ ਆ, ਸਟੇਸ਼ਨ ਐਚ ਕਿਊ ਆ, ਇੱਥੋਂ ਸ਼ਹਿਰ ਸ਼ੁਰੂ ਹੋ ਜਾਂਦਾ ਜੀ ਪਹਿਲੇ ਚੌਂਕ ਤੋਂ। ਆ ਦੇਖੋ ਇੱਥੇ, ਇੱਥੇ ਦੇਖੋ, ਇਹ ਖਰਦੁੰਗਲਾ ਹੈਗਾ 51, ਪੈਂਗੋਂਗ 150 ਇੱਥੋਂ ਸਾਰੀ। ਜੀ ਪਹੁੰਚ ਗਏ ਹਾਂ ਲੇਹ ਸ਼ਹਿਰ ਦੇ ਵਿੱਚ, ਆ ਮੇਨ ਚੌਂਕ 'ਚ ਆ ਗਏ ਆ, ਅਤੇ ਇੱਥੋਂ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਵਾਲੇ ਪਾਸੇ। ਮੇਨ
ਮੇਰੇ ਵਾਲੇ ਪਾਸੇ ਇਹਨੂੰ ਸੁੱਕੀਆਂ ਪਹਾੜੀਆਂ ਦੇ ਵਿੱਚ ਲੇਹ ਸ਼ਹਿਰ ਦਾ ਜਿਹੜਾ ਪੂਰਾ ਤੁਸੀਂ ਨਜ਼ਾਰਾ ਦੇਖ ਰਹੇ ਹੋ ਤੇ ਭਾਈ ਜੰਦਾਇਣ ਕੰਨੀ ਤੇ ਚਲਿਆ ਗਿਆ ਉਹ ਵੀ ਉੱਥੋਂ ਕੁਛ ਨਾ ਕੁਛ ਵੀਡੀਓ ਬਣਾ ਕੇ ਲਿਆਊਗਾ ਤੇ ਪੂਰਾ ਆਨੰਦਮਈ ਜਿਹੜਾ ਸੀਨ ਆ ਇੱਥੋਂ ਦਾ ਉਹ ਪਿੱਛੇ ਤੱਕ ਸ਼ਹਿਰ ਕਾਫੀ ਲੰਮਾ ਚੌੜਾ ਵਾ ਬਹੁਤ ਵੱਡਾ ਥੱਲੇ ਨੂੰ ਡੂੰਘਾ ਹੈ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਗਏ ਸੀ ਹਾਂਜੀ ਗੁਰਦੁਆਰਾ ਸਾਹਿਬ ਆਪਾਂ ਗਏ ਸੀ ਤੇ ਉੱਥੇ ਆਪਾਂ ਨੂੰ ਕਮਰੇ ਦਾ ਜਿਹੜਾ ਪ੍ਰਬੰਧ ਹੋ ਗਿਆ ਕਮਰੇ ਸਾਰੇ ਬੋਕਾ ਤੇ ਹੁਣ ਅਸੀਂ ਜਾ ਰਹੇ ਹਾਂ ਜਰਨਲ ਜੋਰਾਵਰ ਸਿੰਘ ਫੋਰਟ ਇੱਧਰ ਜਾਣਾ ਕਿ ਅੱਗੇ ਹਾਂਜੀ ਉਹ ਸਿੱਧਾ ਆਹ ਚੌਂਕ ਤੋਂ ਆਪਾਂ ਸਿੱਧੇ ਹੋ ਗਏ ਹਾਂ ਜਰਨਲ ਜੋਰਾਵਰ ਸਿੰਘ ਫੋਰਟ ਦੇਖਣ ਵਾਸਤੇ ਲਓ ਵੀ ਪਿਆਰਿਓ ਸਾਹਮਣੇ ਤਾਂ ਆ ਗਿਆ ਉਹਨੂੰ ਫੇਰ ਲਾਉਣਾ ਪੈ ਰਿਹਾ ਕਿੰਨਾ ਕੁ ਅੱਗੇ ਆ ਆਪਾਂ 5 ਕਿਲੋਮੀਟਰ ਉਹ ਕਹਿੰਦੇ ਨੌਕਰੀ ਦੁਆਰੇ ਹਾਂਜੀ ਆਪਾਂ ਪਹੁੰਚ ਚੱਲੇ ਹੁਣ ਜਰਨਲ ਜੋਰਾਵਰ ਸਿੰਘ ਫੋਰਟ ਦੇ ਬਿਲਕੁਲ ਨੇੜੇ ਤੇ ਆਹ ਸਾਹਮਣੇ ਜਿਹੜੇ ਦੋ ਦਰਖਤ ਦਿੰਦੇ ਨੇ ਇਹਨਾਂ ਦਰਖਤਾਂ ਦੇ ਓਹਲੇ ਆ ਜਰਨਲ ਜੋਰਾਵਰ ਸਿੰਘ ਫੋਰਟ ਤੇ ਉਹ ਸਾਹਮਣੇ ਦੇਖ ਸਕਦੇ ਹੋ ਜੀ ਗੁਰੂ ਪਿਆਰਿਓ ਆਪਾਂ ਪਹੁੰਚ ਚੁੱਕੇ ਹਾਂ ਜੋਰਾਵਰ ਫੋਰਟ ਜੋਰਾਵਰ ਫੋਰਟ ਬਾਰੇ ਤੁਹਾਨੂੰ ਦੱਸਦੇ ਹਾਂ ਅੰਦਰ ਜਾ ਕੇ ਕੀ ਹੈ ਜੋਰਾਵਰ ਫੋਰਟ ਕਿਸ ਦੀ ਯਾਦ ਦੇ ਵਿੱਚ ਇਹ ਬਣਿਆ ਹੋਇਆ ਸਾਡੀ ਕੌਮ ਦਾ ਉਹ ਮਹਾਨ ਨਾਇਕ ਮਹਾਨ ਜਰਨੈਲ ਜਰਨਲ ਜੋਰਾਵਰ ਸਿੰਘ ਉਹਦੇ ਬਾਰੇ ਜਿਹੜੀ ਉਹਨਾਂ ਦੀ ਹਿਸਟਰੀ ਅੰਦਰ ਜਾ ਕੇ ਦੱਸਦੇ ਹਾਂ ਇੱਥੋਂ ਐਂਟਰੀ ਹੈ ਲੇਹ ਜਦੋਂ ਆਪਾਂ ਕਾਰਗਿਲ ਵਾਲੇ ਪਾਸਿਓਂ ਐਂਟਰ ਕਰਦੇ ਹਾਂ ਪਹਿਲਾਂ ਚੌਂਕ ਆਉਂਦਾ ਚੌਂਕ ਤੋਂ ਖੱਬੇ ਪਾਸੇ ਮੁੜਨ ਸਾਰ ਹੀ ਜੋਰਾਵਰ ਫੋਰਟ ਨੂੰ ਜਿਹੜਾ ਇਹ ਰਸਤਾ ਜਾਂਦਾ ਜੋਰਾਵਰ ਫੋਰਟ ਦੇ ਅੰਦਰ ਜਾਣ ਸਾਰ ਬਿਲਕੁਲ ਅੰਦਰ ਐਂਟਰੀ 'ਤੇ ਜਰਨਲ ਜੋਰਾਵਰ ਸਿੰਘ ਦਾ ਜਿਹੜਾ ਇਹ ਬੁੱਤ ਬਣਿਆ ਹੋਇਆ ਵਾ ਇਸ ਬੁੱਤ ਨੂੰ ਬੜੇ ਧਿਆਨ ਨਾਲ ਦੇਖੋ ਇਹ ਨਾਲ ਤੋਪ ਬਣੀ ਹੋਈ ਹੈ ਅਤੇ ਜਿਹੜਾ ਇਹ ਹੈ ਜੋਰਾਵਰ ਫੋਰਟ ਤੋਂ ਐਂਟਰੀ ਕਰਾ ਕੇ ਆਪਾਂ ਇੱਧਰਲੇ ਪਾਸੇ ਹੁਣ ਐਂਟਰੀ ਕਰਨੀ ਹੈ ਜੋਰਾਵਰ ਮਿਊਜ਼ੀਅਮ ਵਾਲੇ ਪਾਸੇ ਇੱਥੇ ਸਭ ਤੋਂ ਪਹਿਲਾਂ ਜਰਨਲ ਜੋਰਾਵਰ ਸਿੰਘ 1786 ਤੋਂ 1842 ਇਹ ਉਹਨਾਂ ਦਾ ਬੁੱਤ ਬਣਿਆ ਹੋਇਆ ਇੱਧਰ ਜਿਹੜੀ ਹਿਸਟਰੀ ਜਰਨਲ ਜੋਰਾਵਰ ਸਿੰਘ ਦੀ ਉਹ ਲੱਗੀ ਹੋਈ ਹੈ ਇਹ ਮਿਊਜ਼ੀਅਮ ਦੇ ਅੰਦਰ ਆਪਾਂ ਇੱਕ ਰੂਮ ਬਣਿਆ ਹੋਇਆ ਉਹਦੇ ਅੰਦਰ ਐਂਟਰੀ ਕੀਤੀ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਉੱਪਰਲੇ ਪਾਸੇ ਇਹਨਾਂ ਨੇ ਜਿਹੜਾ ਦਿਖਾਇਆ ਕਿ ਜਦੋਂ ਜੰਗ ਲੜਦੇ ਸੀ ਉਦੋਂ ਆਪਣੀ ਛਾਤੀ 'ਤੇ ਸਰੀਰ 'ਤੇ ਪਹਿਨਦੇ ਸੀ
ਤੇ ਨਾਲ ਇੱਥੇ ਭਾਂਡੇ ਵਗੈਰਾ ਇੱਧਰਲਾ ਕਲਚਰ ਜਿਹੜਾ ਇਸ ਏਰੀਏ ਦਾ ਕਲਚਰ ਆ ਜਿਹੜਾ ਉਸ ਦੇ ਭਾਂਡੇ ਵਗੈਰਾ ਇੱਥੇ ਪਏ ਨੇ ਇਹ ਸਾਰੇ। ਫਿਰ ਅੱਗੇ ਕੀ ਆ ਜੀ ਇਹ ਮੈਪ ਲਾਏ ਹੋਏ ਨੇ ਜਿਹੜਾ ਲੇਹ ਦਾ ਇੱਧਰਲੇ ਪਾਸੇ ਦਾ ਹਿਮਾਲਿਅਨ ਸਾਰਾ ਇਸ ਚੀਜ਼ ਦਾ ਮੈਪ ਲੱਗਿਆ ਹੋਇਆ ਆ ਪੂਰਾ ਹਿਮਾਲਿਅਨ ਜਿਹੜਾ ਜਿੰਨਾ ਪਹਾੜੀ ਏਰੀਆ ਇੱਧਰਲਾ ਹਿਮਾਲਿਆ ਦਾ ਮੈਪ ਲੱਗਿਆ ਹੋਇਆ ਆ ਲੇਹ ਦਾ ਜਿਹੜਾ ਲੱਦਾਖ ਦਾ ਸਾਰਾ ਇੱਥੋਂ ਦਰਾਸ ਤੋਂ ਕਾਰਗਿਲੇ ਸਾਰਾ ਇਸ ਚੀਜ਼ ਦਾ ਦਿਖਾਇਆ ਹੋਇਆ ਵਾ। ਇਹਦੇ 'ਚ ਅੱਗੇ ਆ ਗਿਆ ਬੈਟਲ ਆਫ ਟਾਕਲਾਕੋਟ ਜਰਨਲ ਜਰਾਵਰ ਸਿੰਘ ਦੀ ਜਿਹੜੀ ਜੰਗ ਦਾ ਸੀਨ ਆ ਇੱਥੇ ਦਿਖਾਇਆ ਆ ਜਰਾਵਰ ਸਿੰਘ ਜੀ ਦੀ ਫੋਟੋ ਲੱਗੀ ਨੇ ਅਤੇ ਆ ਤਿੱਬਤ ਦੇ ਵਿੱਚ ਉਹ ਥਾਂ ਜਿਹੜੀ ਜਰਨਲ ਜਰਾਵਰ ਸਿੰਘ ਦੀ ਮਤਲਬ ਕਿ ਸਮਾਧ ਬਣੀ ਹੋਈ ਆ ਇੱਥੇ ਜਿਹੜੇ ਉਹ ਸਮੇਂ ਦੇ ਮਤਲਬ ਕਿ ਉੱਧਰਲੇ ਜਿੰਨੇ ਵੀ ਤਿੱਬਤੀਅਨ ਹੈ ਜਦੋਂ ਕੋਈ ਜੋੜੀ ਨਵੀਂ ਵਿਆਹੀ ਜਾਂਦੀ ਆ ਉਹਨੂੰ ਇਸ ਸਥਾਨ 'ਤੇ ਲੈ ਕੇ ਆਉਂਦੇ ਆ ਮੱਥਾ ਟਿਕਾਉਂਦੇ ਆ ਕਿ ਇਹ ਜਰਨਲ ਜਰਾਵਰ ਸਿੰਘ ਵਰਗਾ ਬੱਚਾ ਸਾਡੇ ਘਰ ਵਿੱਚ ਪੈਦਾ ਹੋਵੇ ਹੈ ਨਾ। ਬਾਕੀ ਹਿਸਟਰੀ ਤੁਹਾਨੂੰ ਸਾਰੀ ਬਾਅਦ ਵਿੱਚ ਦੱਸਦੇ ਹਾਂ ਪਹਿਲਾਂ ਇਹ ਚੀਜ਼ ਦਿਖਾ ਦਈਏ। ਆ ਇੱਥੋਂ ਦੇ ਕਲਚਰ ਮੁਤਾਬਕ ਘੋੜੇ ਦੀ ਕਾਠੀ ਬੂਟ ਵਗੈਰਾ ਅਤੇ ਆਹ ਘੋੜੇ ਦੇ ਘੁੰਗਰੂ ਜਿਹੜੇ ਇਹ ਪਏ ਨੇ ਆਹ ਝੰਡੇ ਨੇ ਆਹ ਸ਼ਸਤਰ ਨੇ ਜਿਹੜੀਆਂ ਕਿਰਪਾਨਾਂ ਵਗੈਰਾ ਇਹ ਸਾਰੇ ਆਹ ਵੀ ਇੱਧਰ ਦਾ ਝੰਡਾ ਇਹ ਸਾਰੇ ਸ਼ਸਤਰ ਲਾਏ ਹੋਏ ਨੇ। ਇੱਧਰ ਇੱਕ ਵੱਡਾ ਸਾਰਾ ਤੂੰਬਾ ਪਿਆ ਇੱਕ ਨਗਾਰਾ ਟਾਈਪ ਜਿਹੜਾ ਛੋਟਾ ਘੋੜੇ 'ਤੇ ਰੱਖ ਕੇ ਵਜਾਉਣ ਵਾਲਾ ਉਹ ਪਏ ਨੇ ਨਾਲ ਆ ਪਿਸਤੌਲ ਆ ਜਿਹੜੀ ਜਰਨਲ ਜਰਾਵਰ ਸਿੰਘ ਦੀ ਫੋਟੋ ਲਾਈ ਹੈ ਨਾਲ ਇੱਥੇ ਮੂਰਤੀਆਂ ਵਗੈਰਾ ਕੁਛ ਗਹਿਣੇ ਥੱਲੇ ਕੰਗਣ ਵਗੈਰਾ ਉਹ ਚੀਜ਼ਾਂ ਪਈਆਂ ਨੇ। ਆ ਇੱਧਰ ਦੇ ਕਲਚਰ ਦੇ ਹਿਸਾਬ ਨਾਲ ਜਿਹੜੇ ਕੱਪੜੇ ਆ ਉਹ ਕੱਪੜੇ ਰੱਖ ਕੇ ਇਹਨਾਂ ਨੇ ਆਪਦਾ ਜਿਹੜਾ ਸਭ ਦਿਖਾਇਆ ਪਿਆ। ਅਤੇ ਇੱਥੇ ਆ ਕੇ ਕੀ ਹੈ ਜੀ ਇੱਥੇ ਜਿਹੜੀ ਇੱਥੇ ਜਿੰਨੀਆਂ ਲੇਕਸ ਵਗੈਰਾ ਲੇਹ ਦੇ ਨੇੜੇ ਤੇੜੇ ਉਹ ਸਾਰੀਆਂ ਲੇਕ ਦਾ ਆਹ ਫੋਟੋਆਂ ਦਿੱਤੀਆਂ ਹੋਈਆਂ ਨੇ ਇੱਧਰਲੇ ਲੋਕਾਂ ਦਾ ਜਿਹੜਾ ਕਲਚਰ ਆ ਉਹਦੀਆਂ ਫੋਟੋਆਂ ਲਾਈਆਂ ਨੇ ਆ ਲੱਦਾਖ ਦੇ ਵਿੱਚ ਕੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਦੱਸੀਆਂ ਗਈਆਂ ਨੇ। ਇੱਧਰ ਆ ਜਿਹੜਾ ਹਥਿਆਰ ਜਦੋਂ ਚਲਾਏ ਜਾਂਦੇ ਨੇ ਜੰਗ ਦੇ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਰੋਕਣ ਵਾਲਾ ਜਿਹੜਾ ਇਹ ਢਾਲ ਉਹ ਦਿਖਾਈ ਗਈ ਹੈ ਨਾਲ ਨਾਲ ਇੱਥੇ ਭਾਂਡੇ ਨੇ ਜਿਹੜੇ ਇੱਧਰ ਲੋਕ ਪੁਰਾਤਨ ਵਰਤਦੇ ਨੇ ਉਹਨਾਂ ਉਸ ਚੀਜ਼ਾਂ ਨੂੰ ਇਹਨਾਂ ਨੇ ਆਪਣੇ ਮਿਊਜ਼ੀਅਮ ਦੇ ਵਿੱਚ ਸਾਂਭ ਕੇ ਰੱਖਿਆ ਹੋਇਆ। ਇੱਥੇ ਜਿਹੜੀ ਇਹ ਸਾਰੀ ਹਿਸਟਰੀ ਲੱਗੀ ਹੋਈ ਆ ਲਾਇਬ੍ਰੇਰੀ ਟਾਈਪ ਆ ਕੁਝ ਬੁੱਕਸ ਵਗੈਰਾ ਪਈਆਂ ਨੇ ਅਤੇ ਇਹ ਸਾਰਾ ਇੱਧਰਲੇ ਪਾਸੇ ਬਣਿਆ ਹੋਇਆ। ਅਗਲੇ ਪਾਸੇ ਜਾਂਦੇ ਹਾਂ ਅਗਲੇ ਪਾਸੇ ਕੁਝ ਕੁ ਤੋਪਾਂ ਰੱਖੀਆਂ ਹੋਈਆਂ ਨੇ ਕੁਝ ਇੱਧਰ ਰੱਖੀਆਂ ਹੋਈਆਂ ਨੇ। ਇਹਦੇ ਵਿੱਚ ਕੁਝ ਕੁ ਸ਼ੋਰਟਸ ਜਿਹੜਾ ਮੈਂ ਤੁਹਾਨੂੰ ਇਤਿਹਾਸ ਜਰਨਲ ਜਰਾਵਰ ਸਿੰਘ ਦਾ ਦਿਖਾਉਣ ਲੱਗਿਆ ਦੱਸਣ ਲੱਗਿਆ ਵਾਂ। ਉਹ ਇਤਿਹਾਸ ਕੀ ਹੈ ਕਿ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਅਤੇ ਵੱਖ ਵੱਖ ਥਾਵਾਂ 'ਤੇ ਖਾਲਸਾ ਰਾਜ ਦੇ ਝੰਡੇ ਝੂਲਦੇ ਨੇ ਕਾਰਗਿਲ ਤੋਂ ਲੈ ਕੇ ਦਰਾਸ ਤੋਂ ਸ਼ੁਰੂ ਹੋ ਕੇ ਕਾਰਗਿਲ ਪਾਕਿਸਤਾਨ ਵਾਲੇ ਪਾਸਿਓਂ ਆਹ ਸਾਰਾ ਏਰੀਆ ਲੇਹ ਲੱਦਾਖ ਦਾ ਏਰੀਆ ਅਤੇ ਅੱਗੇ ਟਕਲਾਕੋਟ ਤੱਕ ਜਰਨਲ ਜਰਾਵਰ ਸਿੰਘ ਨੇ ਇਹਨਾਂ ਸਾਰੇ ਏਰੀਆ ਦੇ ਵਿੱਚ ਜਿਹੜਾ ਖਾਲਸਾ ਰਾਜ ਦੇ ਝੰਡੇ ਚਲਾ ਦਿੱਤੇ ਸਨ। ਝੰਡੇ ਚਲਾਉਣ ਤੋਂ ਬਾਅਦ ਕੀ ਹੁੰਦਾ ਜੀ ਟਕਲਾਕੋਟ ਦੇ ਵਿੱਚ ਜਦੋਂ ਤਿੱਬਤੀਆਂ 'ਤੇ ਕਬਜ਼ਾ ਹੋ ਗਿਆ ਉਹ ਸਾਰਾ ਏਰੀਆ ਕਬਜ਼ਾ ਕੀਤਾ ਉਸ ਸਮੇਂ ਦੇ ਵਿੱਚ 1841 ਈਸਵੀ ਦੇ ਲਗਭਗ ਜੰਗ ਹੁੰਦੀ ਹੈ ਤਿੱਬਤੀਅਨ ਹਮਲਾ ਕਰਦੇ ਨੇ
ਉਸ ਜੰਗ ਜਰਨਲ ਜੋਰਾਵਰ ਸਿੰਘ ਦੀ ਅਗਵਾਈ ਦੇ ਵਿੱਚ ਲੜੀ ਜਾਂਦੀ ਹੈ ਅਤੇ ਇੰਨੀ ਕੁ ਬਹਾਦਰੀ ਨਾਲ ਉਸ ਸਮੇਂ -4 ਡਿਗਰੀ ਦਸੰਬਰ ਦੇ ਵਿੱਚ -4 ਡਿਗਰੀ ਟੈਂਪਰੇਚਰ ਦੇ ਵਿੱਚ ਉਹ ਜੰਗ ਲੜੀ ਗਈ। ਬੜੀ ਬਹਾਦਰੀ ਦੇ ਨਾਲ ਜਰਨਲ ਜੋਰਾਵਰ ਸਿੰਘ ਨੇ ਜੰਗ ਲੜੀ ਅਤੇ ਉਸ ਸਮੇਂ ਇੱਕ ਗੋਲੀ ਜਿਹੜੀ ਆ ਕੇ ਜਰਨਲ ਜੋਰਾਵਰ ਸਿੰਘ ਦੇ ਵੱਜਦੀ ਆ, ਉਹ ਗੋਲੀ ਵੱਜਣ ਕਰ ਉਹ ਡਿੱਗਦੇ ਨੇ। ਇੱਕ ਵਰਸ਼ਾ ਜਰਨਲ ਜੋਰਾਵਰ ਸਿੰਘ ਦੇ ਆਰ ਪਾਰ ਹੁੰਦਾ। ਜਦੋਂ ਜਰਨਲ ਜੋਰਾਵਰ ਸਿੰਘ ਸ਼ਹੀਦ ਹੋ ਜਾਂਦੇ ਨੇ ਨਾ, ਅਤੇ ਤਿੱਬਤੀਆਂ ਦੇ ਲੋਕਾਂ ਦੇ ਵਿੱਚ ਉਸ ਸਮੇਂ ਜਰਨਲ ਜੋਰਾਵਰ ਸਿੰਘ ਜੀ ਦੀ ਲਾਸ਼ ਨੂੰ ਲੈ ਕੇ ਬੜਾ ਰੌਲਾ ਪੈ ਜਾਂਦਾ। ਕਾਰਨ ਕੀ ਸੀ? ਜਿਹੜੇ ਤਿੱਬਤ ਦੇ ਲੋਕ ਸੀ ਨਾ, ਉਹ ਕੀ ਕਰਦੇ ਸੀ, ਉਹ ਆਪਣੇ ਡੌਲਿਆਂ ਦੇ ਨਾਲ, ਆਪਣੇ ਬੱਚਿਆਂ ਦੇ ਡੌਲਿਆਂ ਨਾਲ ਸ਼ੇਰ ਦਾ ਮਾਸ ਬੰਨ ਕੇ ਰੱਖਦੇ ਸੀ ਕਿ ਸਾਡੇ ਬੱਚੇ ਸ਼ੇਰ ਵਰਗੇ ਬਹਾਦਰ ਪੈਦਾ ਹੋਣ। ਪਰ ਜਰਨਲ ਜੋਰਾਵਰ ਸਿੰਘ ਨੂੰ ਜਦੋਂ ਲਾਸ਼ ਪਈ ਹੈ ਅਤੇ ਦੋ ਕਬੀਲਿਆਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ, ਉਹ ਲੜਾਈ ਦਾ ਕਾਰਨ ਕੀ ਹੈ, ਇੱਕ ਕਬੀਲਾ ਕਹਿੰਦਾ ਲਾਸ਼ ਅਸੀਂ ਲੈ ਕੇ ਜਾਣੀ ਹੈ ਅਤੇ ਜਿਹੜਾ ਦੂਸਰਾ ਕਬੀਲਾ ਹੈ ਉਹ ਕਹਿੰਦਾ ਲਾਸ਼ ਅਸੀਂ ਲੈ ਕੇ ਜਾਣੀ ਹੈ। ਜਦੋਂ ਲਾਸ਼ ਦੀ ਵੰਡ ਪਿੱਛੇ ਰੌਲਾ ਪਿਆ, ਫਿਰ ਉਹਨਾਂ ਦੇ ਇੱਕ ਕਿਸੇ ਜਰਨੈਲ ਨੇ ਸਲਾਹ ਦਿੱਤੀ, ਕਹਿੰਦਾ ਇਹਦੀ ਲਾਸ਼ ਦਾ ਮੁੱਲ ਪਾਇਆ ਜਾਵੇ। ਫਿਰ ਕਹਿੰਦੇ ਜੀ ਲਾਸ਼ ਦਾ ਮੁੱਲ ਪਾਇਆ ਗਿਆ। ਜਰਨਲ ਜੋਰਾਵਰ ਸਿੰਘ ਦਾ ਮਾਸ ਟੋਟੇ ਟੋਟੇ ਕਰਕੇ ਵਿਕਿਆ, ਸਰੀਰ ਦੇ ਕੇਸਾਂ ਦਾ ਇੱਕ ਇੱਕ ਵਾਲ ਟੋਟੇ ਟੋਟੇ ਕਰਕੇ ਵਿਕਿਆ, ਮਾਸ ਨੂੰ ਸੁਕਾ ਕੇ ਲੋਕਾਂ ਨੇ ਆਪਣੇ ਬੱਚਿਆਂ ਦੇ ਡੌਲਿਆਂ ਦੇ ਨਾਲ ਬੰਨਿਆ। ਇਹ ਸਿੱਖ ਜਰਨੈਲ ਉਹ ਸਿੱਖ ਜਰਨੈਲ ਹੋਇਆ ਵਾ ਜਿਹਦਾ ਮਾਸ ਵੀ ਵਿਕਿਆ, ਸਰੀਰ ਦੇ ਮਰੇ ਹੋਏ ਸਰੀਰ ਦਾ, ਜਿਹੜਾ ਸ਼ਹੀਦ ਹੋਏ ਸਰੀਰ ਦਾ ਬੋਟੀ ਬੋਟੀ ਕਰਕੇ ਮਾਸ ਤਿੱਬਤ ਦੇ ਲੋਕਾਂ ਨੇ ਖਰੀਦਿਆ, ਉਸ ਸਮੇਂ ਮੁੱਲ ਪਾਇਆ ਗਿਆ। ਅਤੇ ਜਦੋਂ ਮਾਸ ਖਰੀਦਿਆ ਗਿਆ, ਉਸ ਤੋਂ ਬਾਅਦ ਸਿਰ ਵੱਢ ਕੇ ਤਿੱਬਤ ਦੇ ਮੇਨ ਸ਼ਹਿਰ ਵਿੱਚ ਲਿਜਾਇਆ ਜਾਂਦਾ, ਇੱਕ ਹੱਥ ਨੂੰ ਉਸ ਜਗ੍ਹਾ 'ਤੇ ਦੱਬ ਦਿੱਤਾ ਜਾਂਦਾ ਅਤੇ ਜਰਨਲ ਜੋਰਾਵਰ ਸਿੰਘ ਦੀ ਜਿਹੜੀ ਯਾਦ ਬਣਾਈ ਜਾਂਦੀ ਹੈ। ਅੱਜ ਵੀ ਜਦੋਂ ਤਿੱਬਤੀਆਂ ਦੇ ਲੋਕ, ਤਿੱਬਤ ਦੇ ਲੋਕ ਜਿਹੜੇ ਹੈ, ਜਦੋਂ ਕੋਈ ਉਹਨਾਂ ਦੇ ਘਰ ਵਿੱਚ ਬੱਚਾ ਹੋਣ ਵਾਲਾ, ਉਹ ਉਸ ਲੇਡੀਜ਼ ਨੂੰ ਉੱਥੇ ਲੈ ਕੇ ਆਉਂਦੇ ਨੇ ਅਤੇ ਉੱਥੇ ਮੱਥਾ ਟਿਕਾਉਂਦੇ ਨੇ ਕਿ ਜਰਨਲ ਜੋਰਾਵਰ ਸਿੰਘ ਵਰਗਾ ਬਹਾਦਰ ਸੂਰਮਾ ਯੋਧਾ ਇਹਦੀ ਕੁੱਖ ਦੇ ਵਿੱਚੋਂ ਪੈਦਾ ਹੋਵੇ ਅਤੇ ਪੰਜਾਬੀ ਉਹ ਮਾਣ ਕਰਿਆ ਕਰੋ ਐਸੇ ਜਰਨੈਲਾਂ 'ਤੇ। ਅਤੇ ਆਹ ਜਿਹੜਾ ਅਸੀਂ ਸਾਰਾ ਦੇਖ ਰਹੇ ਹਾਂ ਜਰਨਲ ਜੋਰਾਵਰ ਸਿੰਘ ਫੋਰਟ, ਇਹ ਫੋਰਟ ਉਸ ਮਹਾਨ ਸੂਰਮੇ ਦੀ ਯਾਦ ਦੇ ਵਿੱਚ ਲੇਹ ਦੇ ਵਿੱਚ ਬਣਿਆ ਹੋਇਆ, ਉੱਚੇ ਪਹਾੜਾਂ ਦੇ ਵਿੱਚ। ਇਧਰਲੇ ਪਾਸੇ ਤੋਪਾਂ ਵੀ ਪਈਆਂ ਨੇ ਫੌਜੀਆਂ ਦੇ, ਜਿਹੜੇ ਫੌਜੀ ਸਾਂਭ ਸੰਭਾਲ ਕਰਦੇ ਨੇ। ਇੱਧਰ ਘੋੜੇ ਵਗੈਰਾ ਨੇ, ਹਾਊਸ ਰਾਈਡਿੰਗ ਵਗੈਰਾ ਹੁੰਦੀ ਹੈ। ਜਰਨਲ ਜੋਰਾਵਰ ਸਿੰਘ ਫੋਰਟ ਦਾ ਜਿਹੜਾ ਇਹ ਸਾਰਾ ਸੀਨ ਤੁਸੀਂ ਦੇਖ ਰਹੇ ਹੋ, ਦੇ ਵਿੱਚ ਲੇਹ ਦੇ ਰਾਜੇ ਦਾ ਬੁੱਤ ਬਣਿਆ ਹੋਇਆ ਜਾ ਨਹਾਈ ਧੋਈ ਬਾਈ ਗੱਡੀ ਦੀ ਕਰਵਾਉਣ ਲੱਗੇ ਆ, ਕੱਲ ਨੂੰ ਲੰਮਿਆਂ ਲੰਮਿਆਂ ਰਾਹਾਂ ਤੇ ਜਾਣਾ ਫਿਰ। ਹਾਂਜੀ, ਸ਼ਾਮ ਦੇ ਸਮੇਂ ਤੇ ਗੁਰਦੁਆਰਾ ਦਾਤਨ ਸਾਹਿਬ ਨੂੰ ਭਰੇ ਬਾਜ਼ਾਰ ਵਿੱਚ ਦੀ ਲੰਘਦੇ ਹੋਏ, ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਦਾਤਨ ਗੱਡੀ ਸੀ, ਦਾਤਨ ਸਾਹਿਬ ਦੇ ਦਰਸ਼ਨ ਦੇ ਦਾਰੇ ਆਪ ਸੰਗਤਾਂ ਨੂੰ ਕਰਵਾਉਂਦੇ ਹਾਂ। ਇਹ ਬਾਜ਼ਾਰ ਵਿੱਚ ਦੀ ਭੀੜੀਆਂ ਗਲੀਆਂ ਵਿੱਚ ਦੀ ਅਸੀਂ ਗੁਰਦੁਆਰਾ ਸਿੰਘ ਸਭਾ ਤੋਂ ਗੁਰਦੁਆਰਾ ਦਾਤਨ ਸਾਹਿਬ ਜਾਂਦੇ ਹਾਂ ਜੀ।
ਬਾਜ਼ਾਰ ਦੇ ਵਿੱਚ ਗੁਰਦੁਆਰਾ ਦਾਤਨ ਸਾਹਿਬ ਬਾਜ਼ਾਰ ਵਿੱਚ ਦੀ ਲੰਘ ਕੇ ਆਪਾਂ ਜਾਂਦੇ ਹਾਂ ਜੀ। ਸਾਹਮਣੇ ਮਸਜਿਦ ਦੇ ਵਿੱਚ ਜਿਹੜੀ ਨਮਾਜ਼ ਸ਼ੁਰੂ ਹੋ ਗਈ ਆ ਇਹ ਲੇਹ ਲਦਾਖ ਦਾ ਲੇਹ ਦਾ ਬਾਜ਼ਾਰ ਆ, ਭਰਿਆ ਬਾਜ਼ਾਰ, ਫੁੱਲ ਭਰਿਆ ਬਾਜ਼ਾਰ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਜੀ। ਜਾਮਾ ਮਸਜਿਦ ਲੇਹ ਲਦਾਖ ਉਹ ਸਾਹਮਣੇ ਲਿਖਿਆ ਹੋਇਆ ਵਾ। ਜਾਮਾ ਮਸਜਿਦ ਲੇਹ ਲਦਾਖ ਇਹਦੇ ਨਾਲ ਹੀ ਆਪਾਂ ਬਾਜ਼ਾਰ ਵਿੱਚ ਦੀ ਲੰਘ ਕੇ ਜਾਂਦੇ ਹਾਂ। ਹਾਂਜੀ ਆ ਗਿਆ ਗੁਰਦੁਆਰਾ ਦਾਤਨ ਸਾਹਿਬ, ਇਹਦੀ ਐਂਟਰੀ ਤੇ ਜਾਂਦੇ ਹਾਂ ਆਪਾਂ। ਇਹ ਗੁਰਦੁਆਰਾ ਦਾਤਨ ਸਾਹਿਬ ਦਾ ਜਿਹੜਾ ਇਤਿਹਾਸ ਲਿਖਿਆ ਹੋਇਆ ਵਾ ਆਹ ਉਹੀ ਦਰਖਤ ਹੈ ਦਾਤਨ ਵਾਲਾ। ਹਾਂਜੀ ਹਾਂਜੀ ਗੁਰੂ ਸਵਾਰਿਓ, ਇਹ ਉਹ ਦਰਖਤ ਹੈ ਜਿਸ ਦਰਖਤ ਤੇ ਗੁਰੂ ਸਾਹਿਬ ਨੇ ਜਿਸ ਥਾਂ ਤੇ ਦਾਤਨ ਗੱਡੀ ਸੀ ਤੇ ਉੱਥੋਂ ਇਹ ਦਰਖਤ ਪੈਦਾ ਹੋਇਆ। ਇੱਥੇ ਇਤਿਹਾਸ ਲਿਖਿਆ ਹੋਇਆ ਥੋੜ੍ਹਾ ਜਿਹਾ ਮੈਂ ਆਪ ਸੰਗਤਾਂ ਨੂੰ ਸੁਣਾ ਦਿੰਦਾ। ਸ਼੍ਰੀ ਦਾਤਨ ਸਾਹਿਬ ਮਿਸਵਾਕ ਦੇ ਨਾਂ ਨਾਲ ਇਹ ਪਵਿੱਤਰ ਦਰਖਤ ਪਹਿਲੇ ਸਿੱਖ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਯਾਦ ਵਿੱਚ ਬਿਰਾਜਮਾਨ ਹੈ, ਜਿਸ ਨੂੰ ਲੱਦਾਖ ਦੇ ਇਲਾਕੇ ਦੇ ਲੋਕਾਂ ਨੇ ਆਪਣੇ ਪਾਵਨ ਗੁਰੂ ਰਿੰਪੋਚੇ ਲਾਮਾ ਦੇ ਰੂਪ ਵਿੱਚ ਪੂਜਦੇ ਹਨ। ਇਸ ਮਹਾਨ ਸੰਤ ਨੇ ਨੌ ਖੰਡ ਪ੍ਰਿਥਵੀ ਉੱਤੇ ਸਮੁੱਚੀ ਮਾਨਵਤਾ ਵਿੱਚ ਜਾਗਰਤੀ ਲਿਆਉਣ ਅਤੇ ਸਭ ਦੁੱਖਾਂ ਕਲੇਸ਼ਾਂ ਭਰਮਾਂ ਦਾ ਖਾਤਮਾ ਕਰਨ ਲਈ ਆਪਣੀ ਦੂਸਰੀ ਉਦਾਸੀ ਦੌਰਾਨ ਸੰਨ 1517 ਈਸਵੀ ਵਿੱਚ ਆਪਣੇ ਪਵਿੱਤਰ ਚਰਨ ਪਾ ਕੇ ਧੰਨ ਧੰਨ ਕੀਤਾ ਸੀ। ਗੁਰੂ ਜੀ ਨੇ ਆਪਣਾ ਦਾਤਨ ਇੱਥੇ ਰੱਖਿਆ ਸੀ ਜੋ ਇਸ ਤੋਂ ਬਾਅਦ ਰੇਗਿਸਤਾਨੀ ਇਲਾਕੇ ਵਿੱਚ ਜਿੱਥੇ ਕੋਈ ਦਰਖਤ ਨਹੀਂ ਸੀ ਉੱਗਿਆ ਇੱਕ ਵੱਡਾ ਦਰਖਤ ਬਣ ਗਿਆ। ਆਪਣੀ ਪਵਿੱਤਰਤਾ ਦੇ ਲਈ ਗੁਰੂ ਜੀ ਨੇ ਚਾਰ ਸਫੇਰੇ ਸੱਚ ਪ੍ਰੇਮ ਸ਼ਾਂਤੀ ਅਤੇ ਨਿਡਰਤਾ ਦੇ ਉਪਦੇਸ਼ ਦੇਣ ਵਾਲੀ ਪਵਿੱਤਰ ਯਾਤਰਾ ਦੀ ਯਾਦ ਵਿੱਚ ਇਹ ਦਰਖਤ ਦਾਤਨ ਸਾਹਿਬ ਸਵਾਈਮਾਨ ਹੈ। ਇਸ ਪਾਵਨ ਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਧਰ ਬਿਲਡਿੰਗ ਬਣਦੀ ਹੋਣ ਕਰਕੇ ਗੁਰਦੁਆਰਾ ਸਿੰਘ ਸਭਾ ਵਿੱਚ ਹੀ ਹੈ ਪਰ ਹੈ ਪ੍ਰਕਾਸ਼ ਅੱਛਾ ਗੁਰਦੁਆਰਾ ਸਿੰਘ ਸਭਾ ਵਿੱਚ ਹੈ ਅਤੇ ਇੱਥੇ ਕਾਰ ਸੇਵਾ ਚੱਲ ਰਹੀ ਹੈ। ਜਦੋਂ ਇੱਥੇ ਹੋ ਗਿਆ ਫਿਰ ਇਹ ਕਹਿੰਦੇ ਪ੍ਰਕਾਸ਼ ਦੁਆਰਾ ਇੱਥੇ ਕੀਤਾ ਜਾਏਗਾ। ਪਰ ਇਹ ਦਰਬਾਰ ਸਾਹਿਬ 'ਤੇ ਜਿਹੜੀ ਸਾਰੀ ਇਮਾਰਤ ਬਣਦੀ ਪਈ ਆ ਉਹਦੇ ਵਿੱਚ ਸਾਨੂੰ ਸੇਵਾਦਾਰ ਸਿੰਘ ਲੈ ਕੇ ਗਏ ਨੇ ਦਿਖਾਉਣ ਵਾਸਤੇ। ਦਰਬਾਰ ਸਾਹਿਬ ਬਣ ਰਿਹਾ ਜਿਹੜਾ ਇਹ ਦਰਬਾਰ ਸਾਹਿਬ ਬਣ ਰਿਹਾ ਸਪੈਸ਼ਲ ਸੇਵਾਦਾਰ ਸਿੰਘ ਸਾਨੂੰ ਬਣ ਰਹੇ ਦਰਬਾਰ ਸਾਹਿਬ ਦੇ ਵਿੱਚ ਲੈ ਕੇ ਆਏ ਨੇ। ਇਸ ਅਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪ੍ਰਕਾਸ਼ ਹੋਣਗੇ। ਅੱਜ ਰਾਤ ਨੂੰ ਤਕਰੀਬਨ 11 ਵਜੇ ਦਾ ਸਮਾਂ ਹੋ ਗਿਆ ਅਤੇ ਅਸੀਂ ਬੈਠੇ ਹਾਂ ਗੁਰਦੁਆਰਾ ਸਾਹਿਬ ਲੇਹ ਵਿਖੇ ਅਤੇ ਹੁਣ ਅਸੀਂ ਆਰਾਮ ਕਰਨ ਲੱਗੇ ਹਾਂ।
ਅਤੇ ਜਿਹੜਾ ਅੱਜ ਦਾ ਵਲੋਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਅਤੇ ਸਾਡੇ ਨਾਲ ਅਗਲੇ ਵਲੋਗਾਂ ਵਿੱਚ ਵੀ ਜੁੜੇ ਰਹੋ ਅਤੇ ਚੈਨਲ ਸਬਸਕ੍ਰਾਈਬ ਕਰ ਲਓ, ਲਗਾਤਾਰ ਬਣੇ ਰਹੋ। ਅੱਗੇ ਤੁਹਾਨੂੰ ਬੜੀਆਂ ਵਧੀਆ ਵਧੀਆ ਜਿਹੜੀਆਂ ਲੋਕੇਸ਼ਨਾਂ ਉਹ ਅਸੀਂ ਦਿਖਾਉਣੀਆਂ ਨੇ ਅਤੇ ਵਧੀਆ ਵਧੀਆ ਜਗ੍ਹਾ 'ਤੇ ਲੈ ਕੇ ਜਾਣਾ ਵਾ। ਅਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।